ਪ੍ਰੋਫੈਸਰ ਸਾਹਿਬ ਯਾਰਾਂ ਦਾ ਯਾਰ ਹੈ ਵਰਲਡ ਕੱਪ ਦੇ ਜ਼ਰੀਏ ਮੇਰੇ ਵੀਰੋ ਕਪਿਆਲ ਨਗਰ ਦਾ ਨਾਂ ਪੂਰੀ ਦੁਨੀਆ ਚ ਚਮਕਾਇਆ ਹੈ ਸਾਡੇ ਵੀਰ ਦਾ ਉਹਦਾ ਵੀ ਤਹਿ ਦਿਲੋਂ ਪ੍ਰੋਫੈਸਰ ਸਾਹਿਬਾਂ ਦਾ ਧੰਨਵਾਦ ਕਰਦੇ ਹਾਂ ਮਨਦੀਪ ਬੇਰੜੇ ਵਾਲਾ ਕਾਡੀ ਪਾਉਣ ਦੇ ਲਈ ਉਧਰੋਂ ਅੱਗੇ ਬਲਵਾਦਾ ਹੋਇਆ ਕਾਲਾ ਪੁਲਸੀਆ ਸਾਡਾ ਯਾਰ ਤੇ ਨਿੱਕਾ ਖਾਨ ਖਾਨ ਡੈਰੀ ਵਾਲੇ ਉਹੀ ਬਸੇਹ ਦਰ ਤੇ ਪਹੁੰਚ ਚੁੱਕੇ ਹੈ ਮਨਦੀਪ ਬਾਬਾ ਬੁੱਢਾ ਕਲਾ ਬੇਰੜੇ ਦਾ ਇੱਕ ਪਾਸੇ ਰੋਹੀ ਹੈ ਤੇ ਦੂਜੇ ਪਾਸੇ ਮਨਦੀਪ ਮੇਰੇ ਵੀਰੋ ਅੱਗ ਮਨਦੀਪ ਬਾਬਾ ਬੁੱਢਾ ਜੀ ਕਲਾ ਬੇਰੜੇ ਲਈ ਜੋੜਦਾ ਹੋਇਆ ਜੰਗ ਪਾਲ ਭੌਲੇ ਵਾਲਾ ਸਰਦਾਰ ਸੁਰਜੀਤ ਸਿੰਘ ਜੀ ਬਰਨਾਲਾ ਸਾਬਕਾ ਮੁੱਖ ਮੰਤਰੀ ਪੰਜਾਬ ਗਵਰਨਰ ਉਤਰਾਂਚਲ ਪ੍ਰਦੇਸ਼ ਉਹਨਾਂ ਦਾ ਖਰਾਈ ਹੈ ਸਰਦਾਰ ਗਗਨਜੀਤ ਸਿੰਘ ਜੀ ਬਰਨਾਲਾ ਸਾਬਕਾ MLA ਸਾਹਿਬ ਉਹਨਾਂ ਦਾ ਅਗਰਾਈ ਤੁਹਾਡੇ ਸਾਹਮਣੇ ਜ਼ਿਲ੍ਹੇ ਬਰਨਾਲੇ ਦਾ ਜੰਗਪਾਲ ਧੌੜੇ ਵਾਲਾ ਕਿ ਮੋਟਰ ਮਿੱਤਰਾਂ ਦੀ ਬੱਲੀਏ ਚੱਲ ਬਰਨਾਲੇ ਚੱਲੀਏ ਨੀ ਪਹਾੜਾ ਨਹੀਂ ਲੱਗਣਾ ਇਹ ਆ ਜੰਗਪਾਲ ਧੌੜੇ ਦਾ ਕਮਣੀ ਨੀਮ ਨੇ ਜੋੜਦਾ ਹੋਇਆ ਸਾਨਿਆ ਬਲਕਾਰ ਕੌਡੀ ਪਾਉਂਦਾ ਕਹਿ ਪਵਿੱਤਰ ਤੇ ਜਾਂਡੇ ਨੂੰ ਫਿਰ ਜੇ ਘਮਾਣ ਬਾਈਆਂ ਦੇ ਪੈਸੇ ਲੁੱਟਣੇ ਆ ਲੈ ਵੀ ਪਵਿੱਤਰ ਸਿਆ ਜਾਂਟੇ ਕਪਿਆਲ ਵਾਲਿਆ ਲਾ ਨੌਜਵਾਨਾਂ ਜੱਫਾ ਸਾਡੇ ਵੀਰ ਕਰਨ ਘਮਾਣ ਤੇ ਗੁਰੀ ਘਮਾਣ ਦੋਵਾਂ ਦੇ ਵਾਸਤੇ 100-100 ਰੁਪਏ ਦੇ ਵੱਡੇ ਮਾਣ ਪੌਦੇ ਕਰਦੇ ਹੈ ਇਹ ਹੈ ਪਵਿੱਤਰ ਸਿੱਖ ਕਪਿਆਲ ਦੀ ਧਰਤੀ ਦਾ ਦੁਨੀਆ ਦੇ ਕਹਿੰਦੇ ਚੋਟੀ ਦੇ ਧਾਵੀਆਂ ਨੂੰ ਜੱਫੇ ਲਾਇਆ ਵੱਡੇ ਵੱਡੇ ਧਾਵੀਆਂ ਨੂੰ ਜੱਫੇ ਲਾਉਣ ਵਾਲਾ ਇਹ ਹੈ ਪਵਿੱਤਰ ਕਪਿਆਲ ਪਿੰਡ ਦਾ ਗੁਰੀ ਸਾਡਾ ਵੀਰ ਤੇ ਕਰਨ ਮਾਣ ਕਰਦੇ ਹੋਏ ਹੈ ਉਧਰੋਂ ਕਾਲਾ ਪੰਜਾਬ ਪੁਲਿਸ ਵਾਲਾ ਸਾਡਾ ਯਾਰ ਭੱਟੀ ਵਾਲਾ ਸੋਚੇ ਦੇ ਲਈ ਸੋਚਿਆ ਤੇਰੇ ਲਈ ਮਾਣ ਕਰਨੇ ਨੇ ਸਾਡੇ ਬਾਈ ਨੇ ਆਏ ਨੰਬੜਦਾਰ ਪਿੰਡ ਕਪਿਆਲ ਦੀ ਧਰਤੀ ਦਾ ਮੇਰੇ ਵੀਰਿਓ ਕਿਉਂਕਿ ਕਪਿਆਲ ਦੀ ਉਹ ਟੀਮ ਹੈ ਲੈ ਵੀ ਬਿੱਟੂ ਕਪਿਆਲ ਵਾਲਿਆ ਹੁਣ ਤੇਰੇ ਕੋਲ ਹੀ ਆਉਂਦਾ ਹੁੰਦਾ ਮੈਂ ਕਹਿੰਦਾ ਉਹਨਾਂ ਕਿ ਬਿੱਟੂ ਨਾਲ ਗੱਲ ਕਰ ਲਓ ਜਿਹੜੇ ਕਬੱਡੀ ਕੱਪਾਂ ਦੇ ਸਾਈ ਤੇ ਟੀਮ ਖੇਡਣ ਲੱਗੀ ਹੈ ਇਹ ਕਬੱਡੀ ਕੱਪ ਦੀ ਹਰਿਆਣੇ ਦੇ ਕੱਪਾਂ ਦੇ ਵੀ ਬੜੀ ਮੰਗ ਹੁੰਦੀ ਹੈ ਪੰਜਾਬ ਦੇ ਕਬੱਡੀ ਕੱਪਾਂ ਦੀ ਵੀ ਬੜੀ ਮੰਗ ਹੁੰਦੀ ਹੈ ਅੱਜ ਅੱਧ ਖਿਡਾਰੀ ਦੋਨੋਂ ਟੀਮਾਂ ਦੇ ਵਿਚਕਾਰ ਢੰਡੋਰੀ ਦੀ ਟੀਮ ਗਰਾਊਂਡ ਦੇ ਵਿੱਚ ਆ ਗਈ ਹੈ ਅੱਧ ਰੁਪਏ ਦੇ ਖਿਡਾਰੀਆਂ ਨੂੰ ਸੱਦਾ ਸਾਹਮਣੇ ਕਹਿੰਦੇ ਬਨਦੀਪ ਸਿੰਘ ਬੇਰੜੇ ਵਾਲਾ ਕਾਡੀ ਪਾਉਣ ਦੇ ਲਈ ਅੱਗੇ ਵੱਲ ਵੱਧਦਾ ਹੋਇਆ ਇੱਕ ਪਾਸੇ ਰੋਹੀ ਹੈ ਪਰ ਦੂਜੇ ਪਾਸੇ ਬਨਦੀਪ ਬੇਰੜੇ ਵਾਲਾ 100 ਰੁਪਇਆ ਸਾਡੇ ਕਾਲੇ ਪੁਲਸੀਏ ਭੱਟੀ ਵਾਲ ਵੜ ਦਾ ਬਾਈ ਦਾ ਸਾਡੇ ਇਸ ਵਕਤ ਕਹਿੰਦੇ ਤੁਹਾਡੇ ਸਾਹਮਣੇ ਮੇਰੇ ਵੀਰੋ ਸੋਚਾ ਕਪਿਆਲ ਵਾਲਾ ਕਾਡੀ ਪਾਉਣ ਦੇ ਲਈ ਅੱਗੇ ਵੱਲ ਵੱਧਦਾ ਹੋਇਆ ਚਾਰ ਜਾਫੀ ਹੈ ਉਧਰੋਂ ਠਾਠਾ ਮਾਰਦਾ ਸਾਡੇ ਰੱਬ ਵਰਗੇ ਦਰਸ਼ਕਾਂ ਦਾ ਇਕੱਠ ਹੈ ਕਮੈਂਟਰੀ ਥੋੜੀ ਲਿਮਿਟ ਦੇ ਵਿੱਚ ਕਰਨੀ ਪੈ ਰਹੀ ਹੈ ਆਵਾਜ਼ ਵੀ ਕਟਾਈ ਹੈ ਕਿਉਂਕਿ ਪਿੰਡ ਚ ਅਣਹੋਣੀ ਵਾਪਰੀ ਹੈ ਅਣਹੋਣੀ ਵਾਪਰੀ ਹੈ ਇੱਕ ਨੌਜਵਾਨ ਦੀ ਜਿਹੜੀ ਅਚਾਨਕ ਮੌਤ ਹੋਈ ਮੇਰੇ ਵੀਰਿਓ ਸੋ ਇਸ ਕਰਕੇ ਥੋੜਾ ਆਪਾਂ ਲਿਮਿਟ ਦੇ ਵਿੱਚ ਰਹਿ ਕੇ ਗੱਲ ਛੇੜਨੀ ਹੈ ਸਾਹਮਣੇ ਤੱਕ ਰਿਹਾ ਕਿ ਇੱਕ ਪਾਸੇ ਕਹਿੰਦੇ ਮੇਰੇ ਵੀਰਿਓ ਰੂਪਾ ਹੇੜੀ ਦੀ ਧਰਤੀ ਦਾ ਬਲਕਾਰ ਸਿੰਘ ਕਰਮੀ ਬਲਟ ਮਾਰੀਏ ਜੱਫਾ ਕਦੋਂ ਲਾਵੇਗਾ ਫਿਰ ਕਦੋਂ ਲਾਵੇਗਾ ਜੱਫਾ ਜਦੋਂ ਮੈਚ ਖਤਮ ਹੋ ਗਿਆ ਇਹ ਆ ਬਲਟ ਮਾਰੀਆ ਕਰਮੀ ਤੇ ਦੂਜੇ ਪਾਸੇ ਬੁਲਕਾਰਾ ਵੀ ਆਤਰੇਡਰਾ ਜ਼ਿਲ੍ਹੇ ਸੰਗਰੂਰ ਦਾ ਕੰਪਨੀ ਟੀਮ ਨੇ ਜੋੜਦਾ ਹੋਇਆ ਚਲੋ ਜਵਾਨਾ ਪਾ ਕਬੱਡੀ ਸਾਹਮਣੇ ਤੱਕ ਰਿਹਾ ਜੰਗਪਾਲ ਧੌਲੇ ਵਾਲਾ ਹਰਦੀਪ ਸਿੰਘ ਦਿਆਲ ਕੱਲ ਬੈਟ ਜਾਫੀ ਰਿਹਾ ਤੂੰ ਨਿਰਮਾਣੇ ਦੀ ਧਰਤੀ ਦਾ ਸੰਸਾਰ ਸੰਧੂ ਵੀ ਵਸੇਹ ਤੌਰ ਤੇ ਪੁੱਜਿਆ ਸੀ ਉਸ ਕਬੱਡੀ ਕੱਪ ਤੇ ਅੱਜ ਦੇਖ ਮੁੰਡੇ ਨੂੰ ਹੱਥ ਪਾ ਕੇ 11,000 ਵੋਲਟ ਦਾ ਕਰੰਟ ਮਾਰਦਾ ਕਰੰਟ ਮਾਰਦਾ ਦੇਖ ਹੱਥ ਪਾ ਕੇ ਜੰਗਪਾਲ ਨੂੰ ਲਾ ਜਫਾ ਜੇ ਲਾਇਆ ਜਾਂਦਾ ਪਰ ਇੱਕ ਪਾਸੇ ਡਬਲ ਟੱਚ ਦਾ ਇਸ਼ਾਰਾ ਅਗੜਾ ਜੰਗਪਾਲ ਧੌੜੇ ਵਾਲਾ ਆਪਣੀ ਟੀਮ ਨੂੰ ਜੋੜਦਾ ਹੋਇਆ ਉਧਰ ਸਾਡੇ ਸਤਿਕਾਰ ਜੋ ਸਰਦਾਰ ਗਮਦੂਰ ਸਿੰਘ ਜੀ ਕੈਨੇਡਾ ਉਹਨਾਂ ਵੱਲੋਂ ਪਵਿੱਤਰ ਦੇ ਵਾਸਤੇ 100 ਰੁਪਏ ਦੇ ਮਾਣ ਨਾਲ ਇਹ ਸਰਦਾਰ ਸੋਹਣ ਸਿੰਘ ਜੀ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਵੱਲੋਂ ਵੀ 100 ਰੁਪਇਆ ਪਵਿੱਤਰ ਦੇ ਵਾਸਤੇ ਹੈ ਨਾਲੇ ਸਰਦਾਰ ਕਰਮਜੀਤ ਸਿੰਘ ਜੀ ਖਾਲਸਾ ਪ੍ਰਾਪਰਟੀ ਵਾਲੇ ਉਹਨਾਂ ਦੇ ਵੱਲੋਂ ਵੀ 100 ਰੁਪਏ ਜਿਹੜਾ ਪਵਿੱਤਰ ਕਪਿਆਲ ਵਾਸਤੇ ਪੌਦਾ ਕੀਤਾ ਜਾ ਰਿਹਾ ਹੈ ਤੇ ਗੁਰੀ ਕਮਾਣ ਤੇ ਸਾਡੇ ਕਰਨ ਕਮਾਣ ਇਹਨਾਂ ਵੱਲੋਂ ਵੀ ਪਵਿੱਤਰ ਤੇ ਨੰਬਰਦਾਰ ਦੇ ਲਈ ਵੱਡੇ ਮਾਣ ਕਿਉਂਕਿ ਸਵਰਨਿਆ ਇਹਨਾਂ ਹੌਸਲਿਆਂ ਨਾਲ ਹੀ ਇਹਨਾਂ ਖਿਡਾਰੀਆਂ ਨੇ ਵੱਡੇ ਬਣ ਜਾਣਾ ਜਦੋਂ ਨਗਰ ਦੇ ਵਿੱਚ ਵੱਡਾ ਹੌਸਲਾ ਹੁੰਦਾ ਤਾਂ ਫਿਰ ਬਾਹਰ ਵੀ ਵੱਡਾ ਹੌਸਲਾ ਹੁੰਦਾ ਤਾਂ ਫਿਰ ਹੀ ਸਟਾਰ ਬਣਦੇ ਨੇ ਖਿਡਾਰੀ ਇੱਕ ਪਾਸੇ ਨੰਬਰਦਾਰ ਤੇ ਦੂਜੇ ਪਾਸੇ ਖਲੀ ਹੈ ਢੀਂਡਸਾ ਉੱਭਾ ਵਾਲੀਆ ਪਰ ਇੱਕ ਪਾਸੇ ਨੰਬਰਦਾਰ ਮਾਰ ਦੋ ਤਾੜੀ ਅਗਲੀਆਂ ਟੀਮਾਂ ਜਿਹੜੀਆਂ ਦਿੜਬੇ ਦੀ ਗਰਾਊਂਡ ਦੇ ਵਿੱਚ ਆਵੇ ਢੰਡੋਰੀ ਦੀ ਟੀਮ ਜਿਹੜੀ ਗਰਾਊਂਡ ਦੇ ਵਿੱਚ ਆ ਗਈ ਹੈ ਦਿੜਬੇ ਦੇ ਖਿਡਾਰੀ ਬਲਕਾਰ ਤੁਹਾਡੇ ਸਾਹਮਣੇ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵੱਧਦਾ ਕਰਮੀਆਂ ਦਰਸ਼ਕ ਕਹਿੰਦੇ ਨੇ ਮੈਂ ਨੀ ਕਹਿੰਦਾ ਉਹ ਕਹਿੰਦੇ ਤੇਰਾ ਜੱਫਾ ਦੇਖਣਾ ਬਜ਼ੁਰਗ ਕਹਿੰਦੇ ਨੇ ਕਿ ਮੁੰਡਾ ਪਾਰਲਮਾਨ ਕਬੱਡੀ ਕੱਪ ਚ ਖੇਡਿਆ ਪਰ ਇਧਰੋਂ ਤਾਂ ਰੋਹੀ ਹੈ ਪਰ ਦੂਜੇ ਪਾਸੇ ਬਲਕਾਰ ਮੇਰੇ ਵੀਰੋ ਆ ਕੰਪਨੀ ਟੀਮ ਨੇ ਜੋੜਦਾ ਹੋਇਆ ਸੋਚਾ ਤੁਹਾਡੇ ਸਾਹਮਣੇ ਮੇਰੇ ਤੁਹਾਡੇ ਵਿੱਕੀ ਤੁਹਾਡੇ ਸਾਹਮਣੇ ਕਪਿਆਲ ਵਾਲਾ ਕਾਡੀ ਪਾਉਣ ਦੇ ਲਈ ਅੱਗੇ ਬਲਵਾਦ ਦਾ ਸਵਰਿਆ ਸ਼ੇਰ ਕਹਾਣੀ ਮੁੰਡੇ ਦੀ ਵਿੱਕੀ
ਕਪਿਆਲ ਵਾਲਾ ਮੇਰੇ ਵੀਰਿਓ ਉਧਰ ਦੇਖਦੇ ਆ ਹਰਦੀਪ ਸਿੰਘ ਦਿਓਲ ਬੇਨੜੇ ਦਾ ਕੱਲ ਦੇ ਕਿਹੜੇ ਮੇਰੇ ਵੀਰੋ ਨਰਮਾਣੇ ਦੇ ਕਬੱਡੀ ਕੱਪ ਦਾ ਵੈਸ ਜਾਫੀ ਆ ਤੇ ਦੂਜੇ ਬੰਨੇ ਰੌਕੀ ਬੇਨੜੇ ਵਾਲਾ ਇਸ ਸਮੇਂ ਸਾਹਮਣਾ ਕਰਦਾ ਹੋਇਆ ਪਿੱਕੀ ਦੀ ਪਈ ਹੋਈ ਰੇਡ ਉਧਰ ਲੱਗਦਾ ਜਫਾ ਅੰਕ ਬੇਨੜੇ ਵਾਲਾ ਰੌਕੀ ਆਪਣੀ ਟੀਮ ਦੇ ਵਾਸਤੇ ਜੁੜ ਗਿਆ ਤੇ ਉਧਰੋਂ ਤੱਕ ਰਿਹਾ ਕਿ ਮਨਦੀਪ ਦਿਓਲ ਆ ਮਨਦੀਪ ਬੇਨੜੇ ਵਾਲਾ ਕਬੱਡੀ ਪਾਉਣ ਦੇ ਲਈ ਅੱਗੇ ਬਲ ਵੱਧਦਾ ਹੋਇਆ ਲੈ ਵੀ ਜਾਂਦੇ ਆ ਕਪਿਆਲ ਵਾਲਿਆ ਆ ਵੀ ਮੁੰਡੇ ਨੇ ਪਿੰਡੇ ਨੂੰ ਮਿੱਟੀ ਨੀ ਲਵਾਈ ਕਰਮੀ ਬਲਟ ਮਾਰੀਏ ਉਹ ਵੇਖਦੇ ਆ ਡਬਲ ਟੱਚ ਦਾ ਇਸ਼ਾਰਾ ਅੱਗ ਮਨਦੀਪ ਬਾਬਾ ਬੁੱਢਾ ਜੀ ਕਲਾ ਬੇਨੜੇ ਲਈ ਜੋੜਦਾ ਹੋਇਆ ਸਾਹਮਣੇ ਤੱਕਾਂਗੇ ਕਿ ਸੋਚਾ ਕਬੱਡੀ ਪਾਉਣ ਦੇ ਲਈ ਅੱਗੇ ਬਲ ਵੱਧਦਾ ਹੋਇਆ ਇੱਕ ਸੋਚਾ ਸਿੰਘ ਸੂਰਮਾ ਜ਼ਿਲ੍ਹੇ ਸੰਗਰੂਰ ਦਾ ਕਹਿੰਦੇ ਸਮਾਉ ਦੀ ਧਰਤੀ ਦਾ ਹੋਇਆ ਇਤਿਹਾਸ ਦੇ ਵਿੱਚ ਵੱਡੀ ਗੱਲ ਤੇ ਕਾਹ ਸੋਚਾ ਇੱਕ ਪਾਸੇ ਹਰਦੀਪ ਸਿੰਘ ਦਿਓਲ ਅੰਕ ਆਪਣੀ ਟੀਮ ਨੇ ਜੋੜ ਗਿਆ ਚਲੋ ਯੁਆਨਾ ਪਾਕ ਵੱਡੀ ਬਲਕਾਰ ਕਬੱਡੀ ਪਾਉਣ ਦੇ ਲਈ ਅੱਗੇ ਬਲ ਵੱਧ ਹੈ ਕਰਮੀਆਂ ਮੇਰੀ ਥੋੜੀ ਮੰਗ ਹੈ ਇਹਦਾ ਦਰਸ਼ਕ ਕਹਿੰਦੇ ਨੇ ਤੈਨੂੰ ਟੈਲੀਵਿਜ਼ਨ ਤੇ ਖੇਡਦੇ ਨੂੰ ਦੇਖਿਆ ਉਹ ਕਹਿੰਦੇ ਜੱਫਾ ਵੀ ਦੇਖ ਲਈਏ ਇੱਕ ਪਰ ਅੰਗੜਾ ਬਲਕਾਰ ਆਪਣੀ ਟੀਮ ਲਈ ਜੋੜਦਾ ਹੋਇਆ ਬਾਬਾ ਬੁੱਢਾ ਜੀ ਕਲਾ ਬੇਨੜੇ ਲਈ ਸਾਹਮਣੇ ਕਹਿੰਦੇ ਜੰਗਪਾਲ ਧੌਲੇ ਵਾਲਾ ਕਬੱਡੀ ਪਾਉਣ ਦੇ ਲਈ ਅੱਗੇ ਬਲ ਵੱਧਦਾ ਹੈ ਕਿ ਸ਼ੌਂਕ ਜਿਨ੍ਹਾਂ ਨੂੰ ਕਬੱਡੀ ਦਾ ਲੱਗ ਜਾਂਦਾ ਹੈ ਪੱਕ ਜਾਂਦੇ ਨੇ ਵਾਂਗ ਉਹ ਪੱਥਰਾਂ ਦੇ ਜਦੋਂ ਗਰਾਊਂਡਾਂ ਦੇ ਵਿੱਚ ਸ਼ੇਰ ਭਿੜਦੇ ਖੜਕੇ ਦੂਰ ਦੂਰ ਤੱਕ ਸੁਣਦੇ ਨੇ ਟੱਕਰਾਂ ਦੇ ਸੰਧੂ ਧੂਰਿਆ ਇਹਨਾਂ ਨੂੰ ਕੌਣ ਰੋਕੇ ਪਾਉਂਦੇ ਕੌਡੀਆਂ ਵਾਂਗੇ ਚੱਕਣਾ ਦੇ ਇੱਕ ਤਾੜੀ ਬੋਲੀ ਜੀ ਮਾਰ ਦਿਓ ਕਪਿਆਲ ਦੀ ਟੀਮ ਜਿੱਤ ਗਈ ਹੈ ਸਾਡੀ ਜ਼ਿੰਦਗੀ ਦੇ ਪਰਮ ਮਿੱਤਰ ਬਾਈ ਗੁਰਦੀਪੁਰੀ ਘਰਾਚੋ ਵਾਲੇ ਦੇ ਪ੍ਰਧਾਨ ਹੋਰੀ ਨਿੱਕੇ ਡਾਕਟਰ ਚਮਕੌਰ ਕੌਰੀ ਹੋਰੀ ਰੱਜੇ ਹੋਰੀ ਪੰਮੇ ਹੋਰੀ ਤਾਰੂ ਬਾਈ ਹੋਰੀ ਸਾਡੇ ਯਾਰ ਪੁੱਜੇ ਹੈ ਸਾਰੇ ਵੀਰਾਂ ਦਾ ਧੰਨਵਾਦ ਆ ਤੇ ਨੋਟ ਕਰਿਓ ਜੀ ਬਾਬਾ ਬੁੱਢਾ ਜੀ ਕਲਾ ਬੇਨੜੇ ਦੇ ਨੰਬਰ ਜਿਹੜੇ 12 ਨੇ ਕਪਿਆਲ ਦੇ ਨੰਬਰ ਜਿਹੜੇ 17.5 ਕਪਿਆਲ ਦੀ ਟੀਮ ਜਿਹੜੀ ਮੁਕਾਬਲੇ ਦੇ ਜੇਤੂ ਰਹੀ ਹੈ ਤੇ ਇਧਰੋਂ ਪ੍ਰਗਟ ਦਿੜਵੇ ਬਲ ਦੇ ਕੈਲੰਡਰ ਵਿਕਣੇ ਆਏ ਨੇ 100 ਤੋਂ ਵੱਧ ਖਿਡਾਰੀਆਂ ਦੀਆਂ ਫੋਟੋਆਂ ਨੇ ਇਸ ਕੈਲੰਡਰ ਤੇ 20 ਰੁਪਏ ਮੁੱਲ ਹੈ ਜਿਹੜੇ ਘਰੇ ਕੈਲੰਡਰ ਜਾਊਗਾ ਬੱਚਿਆਂ ਦਾ ਮੱਲੋ ਮੱਲੀ ਚਿੱਤ ਕਰੂਗਾ ਕਿ ਆਪਾਂ ਵੀ ਕੌਡੀ ਖੇਡੀਏ ਸਾਡੀਆਂ ਵੀ ਤਸਵੀਰਾਂ ਇਸੇ ਤਰ੍ਹਾਂ ਇਹਨਾਂ ਕੈਲੰਡਰ ਦੇ ਲੱਗਣ ਬਾਈ ਗੇੜਾ ਦੇ ਰਿਹਾ ਜ਼ਰੂਰ ਖਰੀਦਿਓ ਤੇ ਅਗਲਾ ਮੈਚ ਦਿੜਪੇ ਦੇ ਨਾਲ ਬਾਬਾ ਧੂਣੀ ਦਾ ਸਲੱਬ ਟਡੋਰੀ ਦਾ ਅਛਰਾ ਚੌਂਦੇ ਵਾਲਾ ਪੁੱਜ ਗਿਆ ਭੁੱਲੀ ਪੁੱਜ ਗਿਆ ਤੇ ਨਾਲ ਇਹ ਗਗਨ ਵਰਗੇ ਸ਼ਹਿਰ ਦੀ ਧਰਤੀ ਦਾ ਗੋਗੀ ਵੀ ਪੁੱਜ ਗਿਆ ਮੇਰੇ ਵੀਰਿਓ ਉਧਰੋਂ ਦਿੜਪੇ ਦੀ ਟੀਮ ਜਿਹੜੀ ਗਰਾਊਂਡ ਦੇ ਵਿੱਚ ਆ ਗਈ ਹੈ ਕੁੱਕੂ ਜਿਹੜਾ ਟਡੋਰੀ ਵਾਲਾ ਰਾਮ ਕੋਚ ਦੇ ਚੱਡੇ ਹੋਏ ਪੱਠੇ ਜਿਹੜੇ ਦੀਪੂ ਟਡੋਰੀ ਵਾਲਾ ਉਹ ਵੀ ਗਰਾਊਂਡ ਦੇ ਵਿੱਚ ਆ ਗਏ ਹੈ ਸੋ ਦੋਨੋਂ ਟੀਮਾਂ ਦੇ ਵਿਚਕਾਰ ਜਿਹੜਾ ਮੁਕਾਬਲਾ ਸ਼ੁਰੂ ਕਰਵਾ ਦਿੱਤਾ ਜਾਵੇ ਉਧਰ ਨਾਲੇ ਮੈਂ ਧੰਨਵਾਦ ਕਰਦਾ ਸਾਡੇ ਵੀਰ ਕੇਂਦਰੇ ਘਰਾਚੋਂ ਵਾਲੇ ਦਾ ਤੇ ਨਾਲੇ ਗੁਰਪ੍ਰੀਤ ਸਾਡਾ ਵੀਰ ਫੱਗੂ ਵਾਲਾ ਤੇ ਨਾਲੇ ਅਮਨ ਠੇਕੇਦਾਰ ਫੱਗੂ ਵਾਲਾ ਉਹ ਵੀ ਸਾਡੇ ਵੀਰ ਪੁੱਜਿਆ ਨਿੰਮਾ ਪਾਨਵਾਂ ਵਾਲਾ ਸਾਡਾ ਡਾਕਟਰ ਯਾਰਾਂ ਦਾ ਯਾਰ ਹੈ ਉਸ ਵੀਰ ਦਾ ਵੀ ਧੰਨਵਾਦ ਕਰਦੇ ਹਾਂ ਜੀ ਉਧਰੋਂ ਸੈਮੀ ਦੀਆਂ ਟਾਂਜਾਂ ਪੈ ਰਹੀਆਂ ਨੇ ਉਧਰੋਂ ਦਰਸ਼ਕ ਵੀਰਿਓ ਜਿਹੜਾ ਕੂਲਰ 20 ਰੁਪਈਆਂ ਚ ਕੱਢਿਆ ਜਾਣਾ ਹੈ ਉਹ ਕੂਲਰ ਆ ਪਰਚੀਆਂ ਨੇ ਇੱਕ ਸਾਡੇ ਇਸੇ ਨਗਰ ਦਾ ਗਰੀਬ ਘਰ ਦਾ ਮੁੰਡਾ ਜਿਹਦੇ ਗੁਰਦਿਆਂ ਚ ਕਹਿੰਦੇ ਨੁਕਸ ਪੈ ਗਿਆ ਜਿਹੜੇ ਪੈਸੇ ਬਚਣਗੇ ਇਹ ਤੁਹਾਡਾ ਦਾਨ ਹੈ ਕੂਲਰ ਦੇ ਨਿਕਲਿਆ ਤਾਂ ਇਲਾਕਾ ਲੈ ਜਿਹੜੇ ਪੈਸੇ ਬਚਣਗੇ ਉਸ ਗਰੀਬ ਘਰ ਦੇ ਮੁੰਡੇ ਦੇ ਇਲਾਜ ਲਈ ਦਿੱਤੇ ਜਾਣੇ ਹੈ ਵੱਧ ਤੋਂ ਵੱਧ ਪਰਚੀਆਂ ਕਟਵਾ ਲਓ ਇਹ ਕੂਲਰ ਜਿਹੜਾ ਡਰਾ ਦੇ ਵਿੱਚ ਕੱਢਿਆ ਜਾਣਾ ਹੈ ਕਿਉਂਕਿ ਘਰੋਂ ਗਰੀਬ ਹੈ ਉਹਦੇ ਮਾਂ ਬਾਪ ਦਾ ਇਲਾਜ ਨਹੀਂ ਕਰਵਾ ਸਕਦੇ ਇਸ ਕਰਕੇ ਕਮੇਟੀ ਨੇ ਅੱਜ ਜਿਹੜੇ ਯੋਗਦਾਨ ਤਾਂ ਪਾਏ ਨੇ ਨਗਰ ਨੇ ਪਰ ਇੱਕ ਤੁਹਾਡਾ ਵੀ ਯੋਗਦਾਨ ਹੈ ਇਕੱਲੇ ਤੁਹਾਡੇ ਪੈਸੇ ਨਹੀਂ ਹੋਣਗੇ ਤੁਹਾਡੇ ਆਸ਼ੀਰਵਾਦ ਵੀ ਹੋਣਗੇ ਮੇਰੇ ਵੀਰਿਓ ਤੁਹਾਡੇ ਆਸ਼ੀਰਵਾਦ ਵੀ ਹੋਣਗੇ ਪੈਸਿਆਂ ਦੇ ਨਾਲ ਪਰਚੀਆਂ ਕਟਾ ਲਿਓ ਵੱਧ ਤੋਂ ਵੱਧ ਉਸ ਬੱਚੇ ਦੇ ਇਲਾਜ ਲਈ ਹਾਂ ਵੈਸੇ ਉਹ ਮੁੰਡੇ ਦਾ ਗੇੜਾ ਵੀ ਕਹਿੰਦੇ ਕਮੇਟੀ ਵੱਲੋਂ ਗਰਾਊਂਡ ਦੇ ਵਿੱਚ ਲਵਾਇਆ ਜਾਊਗਾ ਜੇ ਊਂ ਵੀ ਕਿਸੇ ਨੇ ਪਰਚਿਆਂ ਤੋਂ ਬਿਨਾਂ ਮਾਣ ਕਰਨਾ ਤਾਂ ਕਰ ਸਕਦੇ ਹੋ ਸਾਡੇ ਵਿਚਕਾਰ ਕਰਨ ਕੁਮਾਰ ਤੇ ਗੁਰੀ ਕੁਮਾਰ ਉਹਨਾਂ ਵੱਲੋਂ ਸੰਧੂ ਭਰਾਵਾਂ ਲਈ ਵੱਡੇ ਮਾਣ ਪੁੱਜੇ ਆ ਹਾਂਜੀ ਸਰਦਾਰ ਰਵੀਪ੍ਰੀਤ ਸਿੰਘ ਜੀ ਸੰਧੂ ਸਾਹਿਬ ਪਹੁੰਚੇ ਨੇ ਉਹਨਾਂ ਦੇ ਨਾਲ ਸੈਮੀ ਦੀਆਂ ਟਾਂਜਾਂ ਪੈ ਰਹੀਆਂ ਨੇ ਜੇਤੂ ਟੀਮਾਂ ਦਾ ਇੱਕ ਇੱਕ ਖਿਡਾਰੀ ਜਿਹੜਾ ਟਾਂਜਾਂ ਵਾਲੇ ਟੇਬਲ ਤੇ ਪੁੱਜ ਜਾਵੇ ਉਧਰੋਂ ਕਨੋਈ ਵਾਲੇ ਸਾਡੇ ਯਾਰ ਪੁੱਜੇ ਹੈ 3 ਤਰੀਕ ਨੂੰ ਕਨੋਈ ਦੇ ਕਬੱਡੀ ਕੱਪ ਦੀ ਗੱਲ ਛੇੜਨੀ ਹੈ ਹੈਲੋ ਸਰਦਾਰ ਰਵੀਪ੍ਰੀਤ ਸਿੰਘ ਜੀ ਸਿੱਧੂ ਆਪਣੇ ਸਾਥੀਆਂ ਸਮੇਤ ਪਹੁੰਚੇ ਨੇ ਜੀਆਂ ਨੂੰ ਆਖਦਾ ਜੀ ਬਹੁਤ ਬਹੁਤ ਧੰਨਵਾਦ ਸਰਦਾਰ ਰਵੀਪ੍ਰੀਤ ਸਿੰਘ ਜੀ ਸਿੱਧੂ ਸਾਹਿਬ ਘੁੰਮਣ ਸਿੰਘ ਵਾਲੇ ਤੋਂ ਸੀਨੀਅਰ ਮੀਤ ਪ੍ਰਧਾਨ ਨੇ ਮਾਲਵਾ ਜ਼ੋਨ ਤੋਂ 2 ਦੇ ਸੋ ਅਸੀਂ ਜੀਆਂ ਨੂੰ ਆਖਦੇ ਹਾਂ ਸਰਦਾਰ ਉਹਨਾਂ ਦੇ ਬੈਜ ਲਾਉਣਗੇ
ਸਾਡੇ ਕਲੱਬ ਦੇ ਸਰਪ੍ਰਸਤ ਹਰਵਿੰਦਰ ਘਮਾਨ ਜੀ ਉਹਨਾਂ ਨੂੰ ਬੇਨਤੀ ਹੈ ਕਿ ਸਿੱਧੂ ਸਾਹਿਬ ਜੀ ਦੇ ਬੈਜ ਲਾ ਕੇ ਉਹਨਾਂ ਨੂੰ ਮਾਣ ਸਤਿਕਾਰ ਦੇਣਗੇ। ਸਾਡੇ ਇਲਾਕੇ ਦੇ ਰੰਗਲੇ ਪੰਜਾਬ ਦੇ ਨਤਾੜਕ ਜਰਨੈਲ ਹੈ ਤਰਸੇਮ ਸਿਆਹ, ਸਾਡੇ ਰਵੀਪ੍ਰੀਤ ਸਿੰਘ ਜੀ, ਸਿੱਧੂ ਸਾਹਿਬ, ਮੇਰੇ ਵੀਰੋ ਕੁਲਵੰਤ ਸਿੰਘ ਵਾਲੇ ਤੋਂ ਜੋ ਸਾਡੇ ਰੰਗਲੇ ਪੰਜਾਬ ਦਾ ਮਾਣ ਨੇ, ਲੋੜਵੰਦਾਂ ਦੇ ਮਦਦਗਾਰ ਇਨਸਾਨ ਹੈ, ਉਧਰੋਂ ਤਰਸੇਮ ਕਰਾਚੋ ਵਾਲਾ ਯਾਰਾਂ ਦਾ ਯਾਰ ਜਿਹੜਾ ਧੰਨਵਾਦ ਕਰ ਰਿਹਾ, ਉਧਰੋਂ ਕਾਗਨ ਕਹਿੰਦੇ ਤੁਹਾਡੇ ਸਾਹਮਣੇ ਢੰਡੋਰੀ ਵਾਲਾ ਕੰਪਨੀ ਟੀਮ ਨੇ ਜੋੜਦਾ ਹੋਇਆ ਹੈਪੀ ਜਵਾਹਰ ਕੇ ਤੇ ਬੂਟਾ ਭਵਾਨੀਗੜ੍ਹ ਜੀ ਸਾਡੇ ਭਰਾ, ਉਹ ਵੀ ਸਾਡੇ ਵਿਚਕਾਰ ਪਹੁੰਚੇ ਨੇ ਆਪਣੇ ਮਿੱਤਰਾਂ ਯਾਰਾਂ ਦੋਸਤਾਂ ਸਮੇਤ। ਹਨੀ ਭਵਾਨੀਗੜ੍ਹ ਜੀ, ਅਸੀਂ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ, ਜੀ ਆਇਆਂ ਨੂੰ ਰੱਖਦੇ ਹਾਂ, ਬਹੁਤ ਬਹੁਤ ਧੰਨਵਾਦ ਜੀ। ਟਾਂਜਾ ਪੈ ਗਿਆ ਜੀ, ਲਿਸਟ ਲਿਆਓ, ਲੈ ਵੀ ਦਰਸ਼ਕ ਵੀਰੋ ਜਿਹੜੀਆਂ ਸੈਮੀ ਫਾਈਨਲ ਦੀਆਂ ਟਾਂਜਾ ਪੈ ਚੁੱਕੀਆਂ, ਬੈਟਰੇਟਰ ਬੈਟਰੀਆਫੀਆਂ ਨੂੰ ਮੋਟਰਸਾਈਕਲਾਂ ਦੇ ਸਤਿਕਾਰ ਦਿੱਤੇ ਜਾਣੇ ਆ। ਇੱਕ ਵਾਰੀ ਫੇਰ ਹੈਪੀ ਠੇਕੇਦਾਰ ਜੀ ਔਰ ਉਹਨਾਂ ਦੇ ਨਾਲ ਬੂਟਾ ਭਵਾਨੀਗੜ੍ਹ ਜੀ, ਇਹਨਾਂ ਸਾਰੇ ਸਤਿਕਾਰ ਜੋ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਜੀ ਆਇਆਂ ਨੂੰ ਰੱਖਦੇ ਜੀ, ਬਹੁਤ ਬਹੁਤ ਧੰਨਵਾਦ। ਤੇ ਅਗਲਾ ਮੈਚ ਜਿਹੜਾ ਕੈਂਥਲ ਤੇ ਕਪਿਆਲ ਸੈਮੀ ਫਾਈਨਲ ਦੀਆਂ ਟੀਮਾਂ ਦਾ ਖੇਡਿਆ ਜਾਣਾ ਹੈ, ਚਨੇਰੀ ਸੀ ਤੇ ਜਿਹੜੀ ਟੀਮ ਇਹਨਾਂ ਦੇ ਵਿੱਚੋਂ ਜਿੱਤੂਗੀ ਮੇਰੇ ਵੀਰੋ ਉਹਦੇ ਵਿਚਕਾਰ ਮੈਚ ਖੇਡਿਆ ਜਾਣਾ ਹੈ। ਹੈਲੋ, ਲੈ ਵੀ ਯੋਨੀ ਆ, ਇੱਕ ਅਜੀਤ ਤੋਂ ਪੱਤਰਕਾਰ ਸਾਡੇ ਪਹੁੰਚੇ ਨੇ ਜੀ, ਐਸ ਕੇ ਕਮਾਨ ਸਾਹਿਬ ਉਹਨਾਂ ਨੂੰ ਯਾਦਗਾਰੀ ਚਿੰਨ੍ਹ ਸਰਪੰਚ ਸਾਹਿਬ ਦੇ ਰਹੇ ਨੇ, ਅਸੀਂ ਬੂਟਾ ਭਵਾਨੀਗੜ੍ਹ ਦਾ, ਸੰਧੂ ਸਾਹਿਬ ਤੁਸੀਂ ਵੀ ਨੋਟ ਕਰ ਲਓ ਜੀ, ਹੈਪੀ ਠੇਕੇਦਾਰ ਲਹਿਰਾ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਸਮੇਤ ਪਹੁੰਚੇ ਨੇ, ਜੀ ਆਇਆਂ ਨੂੰ ਜੀ ਬਹੁਤ ਬਹੁਤ ਧੰਨਵਾਦ। ਸਾਡਾ ਬਈ ਹੈਪੀ ਠੇਕੇਦਾਰ ਲਹਿਰਾ ਆਪਣੇ ਯਾਰਾਂ ਦੇ ਨਾਲ ਪੁੱਜਿਆ, ਤੇ ਇਧਰੋਂ ਕਹਿੰਦੇ ਦ੍ਰਿੜਵੇ ਵੱਲੋਂ ਪਾਈ ਹੋਈ ਕਬੱਡੀ ਹੈ। ਭਵਾਨੀਗੜ੍ਹ ਜੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਰਵੀਪ੍ਰੀਤ ਸਿੱਧੂ ਜੀ, ਜੀ ਆਇਆਂ ਨੂੰ ਜੀ ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਮਿਹਰਬਾਨੀ। ਸਾਡੇ ਇਧਰੋਂ ਰਵੀਪ੍ਰੀਤ ਸਿੱਧੂ ਜੀ ਮੇਰੇ ਵੀਰੋ ਕਬੰਡ ਸਿੰਘ ਵਾਲੇ ਤੋਂ, ਸਾਡੇ ਇਲਾਕੇ ਦਾ ਮਾਣ ਰੰਗਲੇ ਪੰਜਾਬ ਦਾ ਮਾਣ ਮੇਰੇ ਵੀਰੋ ਵਿਸ਼ੇਸ਼ ਤੌਰ ਤੇ ਪੁੱਜੇ ਨੇ, ਆਹ ਮੁੰਡਾ ਕਹਿੰਦੇ ਕੁੱਕੂ ਮੇਰੇ ਵੀਰੋ ਤੁਹਾਡੇ ਸਾਹਮਣੇ, ਔਰ ਉਹਨਾਂ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਹਰਵਿੰਦਰ ਸਿੰਘ ਜੀ ਮਾਨ ਸਾਹਿਬ, ਮੰਤਰੀ ਸਾਹਿਬ, ਇਹਨੂੰ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ। ਤੇ ਇਧਰੋਂ ਕੁੱਕੂ ਕਹਿੰਦੇ ਢੰਡੋਰੀ ਵਾਲਾ ਕਾਂਬੜੀ ਟੀਮ ਨੇ ਜੋੜ ਗਿਆ, ਕੈਂਥਲ ਹਰਿਆਣਾ ਤੇ ਕਪਿਆਲ ਦੇ ਖਿਡਾਰੀ ਜਿਹੜੇ ਅਗਲੇ ਮੈਚ ਲਈ ਗਰਾਊਂਡ ਦੇ ਵਿੱਚ ਆਉਣਗੇ, ਕੈਂਥਲ ਹਰਿਆਣਾ ਤੇ ਕਪਿਆਲ ਇਹਨਾਂ ਟੀਮਾਂ ਦੇ ਵਿਚਕਾਰ ਜਿਹੜਾ ਪਹਿਲਾ ਸੈਮੀ ਫਾਈਨਲ ਖੇਡਿਆ ਜਾਣਾ ਹੈ, ਝਨੇੜੀ ਦੇ ਨਾਲ ਜਿਹੜੀ ਟੀਮ ਇਹਨਾਂ ਦੇ ਵਿੱਚੋਂ ਜਿੱਤੂਗੀ ਉਹਦਾ ਸੈਮੀ ਫਾਈਨਲ ਖੇਡਿਆ ਜਾਣਾ। ਹਾਂ ਸਵਰਨਿਆ ਸ਼ੇਡ ਕਹਾਣੀ ਸਾਹਮਣੇ ਤੱਕ ਰਹੇ ਹਾਂ ਕਿ ਇੱਕ ਪਾਸੇ ਮੇਰੇ ਵੀਰੋ ਦ੍ਰਿੜਵੇ ਵੱਲੋਂ ਪਾਈ ਹੋਈ ਕਬੱਡੀ ਹੈ, ਲੈ ਵੀ ਅਛੜੇ ਚੌਂਦੇ ਵਾਲਿਆ ਤੈ ਵੀ ਕਈ ਸੋਨੇ ਦੀਆਂ ਮੁੰਦੀਆਂ ਖੇਡ ਜਿੱਤੀਆਂ ਨੇ, ਵਿਚਕਾਰ ਕਹਿੰਦੇ ਲਖਵਿੰਦਰ ਲੱਖਾ ਢੰਡੋਰੀ ਵਾਲਾ ਇਹ ਹੈ ਚੌਂਦੇ ਦੀ ਧਰਤੀ ਦਾ ਅਛੜਾ। ਇੱਕ ਵਾਰੀ ਪ੍ਰਧਾਨ ਸਾਹਿਬ ਸਾਨੂੰ ਸ਼ਗਨੀ ਜੀ ਸਟੇਜ ਦੇ ਪਹੁੰਚੇ, ਪ੍ਰਧਾਨ ਜੀ ਸਾਡੇ ਵੀਰ ਜੀ ਨੂੰ ਮਿਲ ਲੈਣ ਜਿਹੜੇ ਸਾਊਂਡ ਵਾਲੇ ਨੇ। ਇੱਕ ਵਾਰੀ ਫੇਰ ਰਿੰਕਾ ਢੰਡੋਰੀ ਜੀ, ਹੈਪੀ ਠੇਕੇਦਾਰ, ਬੂਟਾ ਭਵਾਨੀਗੜ੍ਹ ਸੇਵਾ, ਸਾਡਾ ਵੀਰ ਹਨੀ ਭਵਾਨੀਗੜ੍ਹ, ਸਾਰੇ ਵੀਰਾਂ ਦਾ ਤਹਿ ਦਿਲ ਧੰਨਵਾਦ ਹੈ ਜੀ। ਸਾਡੇ ਉਧਰੋਂ ਰਿੰਕਾ ਢੰਡੋਰੀ ਬਾਈ ਯਾਰਾਂ ਦਾ ਯਾਰ ਤੇ ਬਾਈ ਗੋਲੂ ਕੁਲਾਰ, ਸਾਡਾ ਜੀਤ ਕਪਿਆਲ ਗੋਲਡੀ ਬਾਈ ਕਪਿਆਲ ਤੇ ਸੇਵਾ, ਤੂੰ ਕ੍ਰਿਸ਼ਨ ਦਾ ਮਾਇਆ ਘਰੇ ਪਹੁੰਚੇ ਵੀ ਜ਼ਰੂਰੀ ਕੰਮ ਹੈ ਜੀ। ਕਹਿੰਦੇ ਘੋਲੀ ਤੁਹਾਡੇ ਸਾਹਮਣੇ ਢੰਡੋਰੀ ਵਾਲਾ ਸ਼ਗਨਾ, ਸ਼ਗਨਾ ਬਾਈ ਸਾਡੇ ਗੋਲਡੀਆਂ ਨੂੰ ਮਿਲ ਲੈਣ, ਸ਼ਗਨਾ ਸ਼ਗਨੀ ਜੀ ਸ਼ਗਨੀ, ਮਿੰਦੂ ਕ੍ਰਿਸ਼ਨ ਦਾ ਮੁੰਡਾ ਘਰੇ ਪਹੁੰਚੇ ਜੀ। ਘਰੇ ਪਹੁੰਚੇ ਜ਼ਰੂਰੀ ਕੰਮ ਹੈ ਜੀ। ਇਧਰੋਂ ਕਹਿੰਦੇ ਦੀਪੂ ਦਾ ਲੱਗਦਾ ਹੋਇਆ ਯਾਫਾ, ਇੱਕ ਪਾਸੇ ਢੰਡੋਰੀ ਦੀ ਧਰਤੀ ਦਾ ਦੀਪੂ ਮੇਰੇ ਵੀਰੋ ਆ ਕੰਪਨੀ ਟੀਮ ਲਈ ਜੋੜਦਾ ਹੋਇਆ, ਹੈਪੀ ਠੇਕੇਦਾਰ ਜੀ, ਬੂਟਾ ਭਵਾਨੀਗੜ੍ਹ ਜੀ ਸੇਵਾ ਜੀ, ਸਾਡੇ ਵੀਰ ਹਨੀ ਭਵਾਨੀਗੜ੍ਹ ਦੇ ਰਿੰਕਾ ਢੰਡੋਰੀ ਜੀ, ਇਹਨਾਂ ਨੂੰ ਕਰਦੇ ਤਹਿ ਦਿਲ ਧੰਨਵਾਦ ਹੈ ਜੀ। ਕੈਂਥਲ ਹਰਿਆਣਾ ਤੇ ਕਪਿਆਲ ਦੇ ਖਿਡਾਰੀ, ਕੈਂਥਲ ਹਰਿਆਣਾ ਤੇ ਕਪਿਆਲ ਦੇ ਖਿਡਾਰੀ ਜਿਹੜੇ ਗਰਾਊਂਡ ਦੇ ਵਿੱਚ ਆਉਣਗੇ, ਗਗਨ ਕੌਡੀ ਪਾਉਂਦਾ ਸਵਰਿਆ, ਨਿੰਦੀ ਸਰਪੰਚ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਜੀ, ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਮਿਹਰਬਾਨੀ। ਹੈਲੋ ਹੈਲੋ, ਚੱਲ ਵੀ ਰੋਜਨ, ਇਹ ਹੈ ਲੱਖਾਂ ਕਿਲੇ ਦ੍ਰਿੜਵੇ ਦੀ ਧਰਤੀ ਦਾ ਮੇਰੇ ਵੀਰੋ, ਲੱਖਾਂ ਦ੍ਰਿੜਵੇ ਵਾਲਾ ਕਬੱਡੀ ਪਾਉਣ ਦੇ ਵਾਸਤੇ ਅੱਗੇ ਬਲ ਵੱਧਦਾ ਹੋਇਆ, ਉਧਰ ਢੰਡੋਰੀ ਦੀ ਧਰਤੀ ਦਾ ਇੱਕ ਬੰਨੇ ਗੁਰਪ੍ਰੀਤ ਸਿੰਘਾ ਤੇ ਨਾਲ ਕਿਲੇ ਵੀ ਚੌਂਦੇ ਦੀ ਧਰਤੀ ਦਾ ਅਛੜਾ ਤੇ ਨਾਲੇ ਦੀਪੂ ਢੰਡੋਰੀ ਵਾਲਾ ਤੇ ਕਿਲੇ ਵੀ ਨਾਲ ਲਖਵਿੰਦਰ ਲੱਖਿਆ ਢੰਡੋਰੀ ਦੀ ਧਰਤੀ ਦਾ ਸਾਹਮਣਾ ਕਰਦੇ ਹੋਏ ਹੈ। ਲੈ ਵੀ ਦਰਸ਼ਕ ਵੀਰਿਓ, ਆਹ ਮੁੰਡੇ ਦੇ ਜਿਹੜੇ ਗੁਰਦੇ ਖਰਾਬ ਨੇ, ਕੂਲਰ ਜਿਹੜਾ ਇਸ ਮੁੰਡੇ ਦੇ ਇਲਾਜ ਲਈ ਆਪਾਂ ਨੇ ਲਾਟਰੀ ਦੇ ਵਿੱਚ ਰੱਖਿਆ ਹੈ,
ਜੇ ਕਿਸੇ ਦਰਸ਼ਕ ਨੇ ਉਹ ਵੀ ਮਾਣ ਕਰਨਾ ਮੁੰਡਾ ਗੇੜਾ ਲਾਊਗਾ ਤਾਂ ਥੋੜੇ ਤੋਂ ਥੋੜਾ ਬਹੁਤ ਤੋਂ ਬਹੁਤ ਇਹਦੇ ਇਲਾਜ ਲਈ ਮਾਣ ਕਰਿਓ ਕਿਉਂਕਿ ਗੁਰੂ ਗਰੀਬ ਹੈ ਸੋ ਤੁਹਾਡੇ ਉਹ ਇਕੱਲੇ ਪੈਸੇ ਨਹੀਂ ਹੋਣਗੇ ਉਹ ਤੁਹਾਡੇ ਆਸ਼ੀਰਵਾਦ ਵੀ ਹੋਣਗੇ ਕਿਉਂਕਿ ਜਿਹੜੇ ਤੁਸੀਂ ਪੈਸੇ ਦੇਵੋਗੇ ਪਰਮਾਤਮਾ ਦੇ ਅੱਗੇ ਦੁਆਵਾਂ ਵੀ ਕਰੋਗੇ ਕਿ ਵਾਹਿਗੁਰੂ ਮੁੰਡੇ ਨੂੰ ਠੀਕ ਕਰ ਦੀ ਤੇ ਫਿਰ ਆਪਣੇ ਰਿਸ਼ਤੇਦਾਰਾਂ ਨੂੰ ਵੀ ਪੁੱਛੋਗੇ ਕਿ ਮੁੰਡਾ ਹੁਣ ਕਿਵੇਂ ਹੈ ਤਾਂ ਵਾਹਿਗੁਰੂ ਤੁਹਾਡੀ ਗੱਲ ਸੁਣੂਗਾ ਜੇ ਮੁੰਡਾ ਗੇੜਾ ਲਾ ਰਿਹਾ ਜਿਨ੍ਹਾਂ ਨੇ ਕੂਲਰ ਦੀਆਂ ਪਰਚੀਆਂ ਰਾਹੀਂ ਦਾਨ ਕਰਨਾ ਹੈ ਸਰਵਾਂਜ ਉਹਨੂੰ ਉਵੇਂ ਕਰ ਸਕਦੇ ਹੋ ਜਿਨ੍ਹਾਂ ਨੇ ਊਂ ਦਾਨ ਕਰਨਾ ਤੇ ਗੁਰਦਿਆਂ ਦੇ ਇਲਾਜ ਵਾਸਤੇ ਊਂ ਦਾਨ ਕਰਦੇ ਹੋ ਇਸੇ ਨਗਰ ਦਾ ਗਰੀਬ ਘਰ ਦਾ ਮੁੰਡਾ ਹੈ ਗੇੜਾ ਲਾਊਗਾ ਸਾਡੀ ਕਮੇਟੀ ਵਾਲੇ ਨਾਲ ਜਾਣਗੇ ਮੁੰਡੇ ਦੇ ਇੱਕ ਵਾਰੀ ਫੇਰ ਰਿੰਕਾ ਢੋਲੇ ਜੀ ਹੈਪੀ ਠੇਕੇਦਾਰ ਬੁੱਢਾ ਭਵਾਨੀਗੜ੍ਹ ਜੀ ਸੇਵਾ ਹਨੀ ਭਵਾਨੀਗੜ੍ਹ ਸਾਰੇ ਵੀਰਾਂ ਦਾ ਤਹਿ ਦਿਲ ਧੰਨਵਾਦ ਹੈ ਜੀ ਸ਼ੁਕਰੀਆ ਮਿਹਰਬਾਨੀ ਹਾਂਜੀ ਉਧਰ ਸਾਡੇ ਵੀਰ ਗੁਰੀ ਕੁਮਾਰ ਤੇ ਨਾਲ ਕਰਨ ਕੁਮਾਰ ਕਪਿਆਲ ਵਾਲੇ ਸਾਡੇ ਵੀਰ ਆਖਦੇ ਆ ਜੇਕਰ ਤੜਪੇ ਦਾ ਕੋਈ ਵੀ ਖਿਡਾਰੀ ਆ ਨੌਜਵਾਨੂੰ ਜੱਫਾ ਲਾ ਦੇ 100 ਰੁਪਏ ਦੇ ਬਾਅਦ ਲੈ ਵੀ ਚੌਂਦੀਆਂ ਤੇਰੇ ਤੇ ਨਿੱਕੇ ਡਾਕਟਰ ਹੋਰੀ ਰੱਜੇ ਹੋਰੀ ਮਾਣ ਕਰਦੇ ਆ ਇੱਕ ਪਾਸੇ ਕਹਿੰਦੇ ਕੁੱਕੂ ਹੈ ਪਿੰਡ ਢੰਡੋਰੀ ਦੀ ਧਰਤੀ ਦਾ ਤੇ ਦੂਜੇ ਪਾਸੇ ਆ ਨੌਜਵਾਨ ਦ੍ਰਿੜਵੇ ਵਾਲਾ ਪਰ ਆਂਕੜਾ ਢੰਡੋਰੀ ਦੀ ਟੀਮ ਲਈ ਜੁੜਦਾ ਹੋਇਆ ਚਲੋ ਇਹ ਭਲਵਾਨਾ ਪਾ ਕਬੱਡੀ ਦ੍ਰਿੜਵੇ ਦੀ ਧਰਤੀ ਕਹਿੰਦੇ ਮੇਰੇ ਵੀਰੋ ਸੰਦੀਪ ਲੂਧਰ ਵਰਗੇ ਰਾਜ ਝੋਟ ਵਰਗੇ ਅਰਣੀਏ ਵਰਗੇ ਦਰਸ਼ਨ ਵਰਗੇ ਕਹਿੰਦੇ ਸੱਤੀ ਵਰਗੇ ਧਿਆਨੇ ਵਰਗੇ ਦੁਨੀਆ ਦੇ ਸਟਾਰ ਖਿਡਾਰੀ ਪੈਦਾ ਕੀਤੇ ਹੈ ਇੱਕ ਪਾਸੇ ਗੁਰਪ੍ਰੀਤ ਹੈ ਗੁੱਜਰਾਂ ਦੇ ਕਬੱਡੀ ਕੱਪ ਦੇ ਮੁੰਡੇ ਦਾ ਮੋਟਰਸਾਈਕਲ ਨਾਲ ਸਨਮਾਨ ਹੋਇਆ ਪਰ ਆਂਕੜਾ ਦ੍ਰਿੜਵੇ ਦੀ ਟੀਮ ਲਈ ਜੁੜਦਾ ਹੋਇਆ ਇਹ ਆ ਮੁੰਡਾ ਭੁੱਲੀ ਤੁਹਾਡੇ ਸਾਹਮਣੇ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵੱਧਦਾ ਹੋਇਆ ਪਰਲੀ ਕੰਨੀ ਤੇ ਅੱਜ ਵੇਖਾਂਗੇ ਯੋਨੀਆ ਯੱਫਾ ਲਾ ਅੱਜ ਨਿੱਕੇ ਡਾਕਟਰੀ ਰੱਜੇ ਹੋਰੀ ਪਹੁੰਚੇ ਨੇ ਸਾਡੇ ਮੇਰੇ ਵੀਰੋ ਅੱਜ ਵੇਖਾਂਗੇ ਸਾਹਮਣੇ ਕਰਾਚੋਂ ਦੀ ਪੂਰੀ ਟੀਮ ਪੁੱਜੀ ਹੋਈ ਹੈ ਤੇ ਇੱਕ ਪਾਸੇ ਕੁੱਲੀ ਤੇ ਦੂਜੇ ਪਾਸੇ ਆ ਕਰਾਚੋਂ ਦੀ ਧਰਤੀ ਦਾ ਬੱਬਰ ਸ਼ੇਰ ਹੱਟ ਪਿੱਛੇ ਕਹਿੰਦਾ ਫੇਰ ਮਿਲਾਂਗੇ ਪਿੱਛੋਂ ਹਾਕ ਨਾ ਜੱਟ ਨੂੰ ਮਾਰੀ ਮੈਂ ਚੱਲਿਆ ਜ਼ਰੂਰੀ ਕੰਮ ਨੂੰ ਕੈਂਥਲ ਹਰਿਆਣਾ ਤੇ ਕਪਿਆਲ ਦੇ ਖਿਡਾਰੀ ਗਰਾਊਂਡ ਦੇ ਵਿੱਚ ਆ ਜਾਓ ਉਦੋਂ ਰਿੰਕਾ ਢੰਡੋਰੀ ਬਾਈ ਯਾਰਾਂ ਦਾ ਯਾਰ ਹੈ ਬਾਈ ਜੀਤ ਕਪਿਆਲ ਉਹਨਾਂ ਨਾਲ ਗੂੜੀ ਯਾਰੀ ਹੈ ਗੋਲੂ ਕੁਲਾਰ ਸਾਡਾ ਸੇਵਾ ਜੱਥਾ ਹਨੀ ਸਾਡਾ ਬਾਈ ਭਵਾਨੀਗੜ੍ਹ ਹੈਪੀ ਠੇਕੇਦਾਰ ਹੋਈ ਆਪਣੀ ਪੂਰੀ ਟੀਮ ਦੇ ਨਾਲ ਪੁੱਜੇ ਹੋਏ ਹੈ ਅੰਕ ਜਿਹੜਾ ਇਸ ਵਾਰ ਤੁਹਾਡੇ ਸਾਹਮਣੇ ਦ੍ਰਿੜਵੇ ਦੀ ਟੀਮ ਦੇ ਕਬਜ਼ੇ ਦੇ ਵਿੱਚ ਹੁੰਦਾ ਹੋਇਆ ਚਲੋ ਕੁੱਕੂਆ ਪਾ ਕਬੱਡੀ ਸਵਾਰਿਆ ਸ਼ੇਰ ਕਹਾਣੀ ਲਾ ਕੁੱਕੂ ਢੰਡੋਲੀ ਵਾਲਾ ਮੇਰੇ ਵੀਰੋ ਅਗਲੀ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵੱਧਦਾ ਹੋਇਆ ਉਧਰ ਕਰਨ ਕਮਾਨ ਤੇ ਗੁਰੀ ਕੁਮਾਰ ਸਾਡਾ ਵੀ ਰੱਖਦਾ ਕਿ ਜੇਕਰ ਕੋਈ ਵੀ ਢੜਬੇ ਵਾਲਾ ਨੌਜਵਾਨ ਕੁੱਕੂ ਢੰਡੋਲੀ ਵਾਲੇ ਨੂੰ ਜੱਫਾ ਲਾਵੇਗਾ ਇੱਕ 100 ਰੁਪਏ ਦੇ ਵੱਡੇ ਮਾਨ ਸਨਮਾਨ ਦਿੱਤੇ ਜਾ ਰਹੇ ਹੈ ਉਧਰ ਅਮਨ ਠੇਕੇਦਾਰ ਫੱਗੂਆਲ ਤੇ ਨਾਲੇ ਗੁਰਪ੍ਰੀਤ ਫੱਗੂਆਲ ਪੁੱਜਿਆ ਲਓ ਇਹ ਹੈ ਦੇਵ ਕਮਾਨ ਦਾ ਚੇਤਾ ਖਿਡਾਰੀ ਪਰ ਕਸ਼ਮੀਰ ਦਾ ਫੈਸਲਾ ਕਰਦਾ ਹੈ ਇਹ ਪੁਆਇੰਟ ਜਿਹੜਾ ਧਾਵੀਆਂ ਦੇ ਵਾਸਤੇ ਜੁੜਦਾ ਹੈ ਸਾਡੇ ਰਿੰਕਾ ਠੇਕੇਦਾਰ ਹੈਪੀ ਠੇਕੇਦਾਰ ਬੂਟਾ ਪਾਨੀਗੜੀਆ ਹਨੀ ਪਾਨੀਗੜੀਆ ਸੇਵੇ ਬਾਈ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਹੈ ਮੈਂ ਜਿਹੜਾ ਸਮਾਪਤ ਹੋ ਗਿਆ ਢੰਡੋਰੀ ਦੀ ਟੀਮ ਜਿਹੜੀ ਹੈ ਮੁਕਾਬਲੇ ਚੋਂ ਜੇਤੂ ਰਹੀ ਹੈ ਢੰਡੋਰੀ ਦਾ ਮੈਂ ਜਿਹੜਾ ਝਨੇੜੀ ਸੀ ਨਾਲ ਖੇਡਿਆ ਜਾਣਾ ਹੈ ਪਹਿਲਾਂ ਕੈਂਥਲ ਤੇ ਕਪਿਆਲ ਦੋਨੋਂ ਟੀਮਾਂ ਦੇ ਖਿਡਾਰੀ ਜਿਹੜੇ ਜਲਦੀ ਗਰਾਊਂਡ ਦੇ ਵਿੱਚ ਆ ਜਾਓ ਕੈਂਥਲ ਤੇ ਕਪਿਆਲ ਦੋਨੋਂ ਟੀਮਾਂ ਨੂੰ ਜਿਹੜਾ ਆਖਰੀ ਸੱਦਾ ਪੰਜਾਬ ਤੇ ਹਰਿਆਣਾ ਕੈਂਥਲ ਤੇ ਕਪਿਆਲ ਦੀਆਂ ਟੀਮਾਂ ਦੋਨੇ ਖੇਡ ਮੈਦਾਨ ਵਿੱਚ ਆ ਜਾਣ ਉਧਰ ਸਾਡਾ ਵੀ ਡਾਕਟਰ ਜਤਿੰਦਰ ਸਰੀਰ ਦਾ ਵੀ ਧੰਨਵਾਦ ਹੈ ਲਗਾਤਾਰ ਸਵੇਰ ਤੋਂ ਪੁਆਇੰਟਾਂ ਤੇ ਆਪਣੀਆਂ ਸਵਾਵਾਂ ਦੇ ਰਿਹਾ ਡਾਕਟਰ ਜਤਿੰਦਰ ਸਰੀਰ ਦਾ ਵੀ ਧੰਨਵਾਦ ਆ ਕੈਂਥਲ ਤੇ ਕੈਂਥਲ ਕੈਂਥਲ ਤੇ ਕਪਿਆਲ ਦੇ ਖਿਡਾਰੀਆਂ ਨੂੰ ਜਿਹੜਾ ਆਖਰੀ ਸੱਦਾ ਹੈ ਕਿਉਂਕਿ ਦਰਸ਼ਕ ਬੈਠੇ ਉਡੀਕ ਰਹੇ ਨੇ ਕਪਿਆਲ ਵਾਲੇ ਮੈਚ ਖੇਡ ਕੇ ਗਏ ਨੇ ਕੈਂਥਲ ਵਾਲੇ ਉਹ ਤੁਸੀਂ ਤਾਂ ਆ ਜਾਓਗੇ ਨਾ ਤੁਸੀਂ ਤਾਂ ਬਹੁਤ ਟਾਈਮ ਦੇ ਗਏ ਹੋਏ ਬਾਰੇ ਅਸੀਂ ਇੱਕ ਵਾਰੀ ਫੇਰ ਧੰਨਵਾਦ ਕਰਦੇ ਹਾਂ ਸਰਦਾਰ ਰਵੀਪ੍ਰੀਤ ਸਿੰਘ ਜੀ ਸਿੱਧੂ ਘਮੰਡ ਸਿੰਘ ਵਾਲਾ ਸੀਨੀਅਰ ਮੀਤ ਪ੍ਰਧਾਨ ਮਾਲਵਾ ਜੋਨ 2 ਹਰਵਿੰਦਰ ਸਿੰਘ ਜੀ ਕਾਕੜਾ ਮੰਤਰੀ ਜੀ ਜਥੇਦਾਰ ਅਜੈਬ ਸਿੰਘ ਜੀ ਗਹਿਲਾ ਸਾਬਕਾ ਸਰਕਲ ਪ੍ਰਧਾਨ ਸਰਦਾਰ ਹਰਜੀਤ ਸਿੰਘ ਜੀ ਬੀਟਾ ਟਰੱਕ ਜੀ ਭਵਾਨੀਗੜ੍ਹ ਪ੍ਰਤਾਪ ਢਿੱਲੋਂ ਔਰ ਜੀਤੂ ਜੀ ਬਹੁਤ ਬਹੁਤ ਧੰਨਵਾਦ ਜੀ ਹਰਿਆਣਾ ਜੀ ਬੈਜ ਲਾ ਕੇ ਮਾਨ ਸਤਿਕਾਰ ਦੇਣਗੇ ਸਾਡੇ ਕਲੱਬ ਦੇ ਪ੍ਰਧਾਨ ਪ੍ਰਦੀਪ ਜੀ ਹਰਿਆਣੇ ਦੀ ਟੀਮ ਜਿਹੜੀ ਗਰਾਊਂਡ ਦੇ ਵਿੱਚ ਆ ਗਈ ਹੈ ਰਹਿੰਦੇ ਖਿਡਾਰੀ ਜਿਹੜੇ ਗਰਾਊਂਡ ਦੇ ਵਿੱਚ ਆ ਜਾਓ ਤੇ ਸੱਦਾ ਦਿੰਦੇ ਆ ਕਪਿਆਲ ਦੇ ਖਿਡਾਰੀਆਂ ਨੂੰ ਜਲਦੀ ਗਰਾਊਂਡ ਦੇ ਵਿੱਚ ਆ ਜਾਓ ਕਪਿਆਲ ਦੇ ਖਿਡਾਰੀ ਸਾਡੇ ਠਾਠਾ ਮਾਰਦਾ ਕੱਟ ਹੈ ਸਾਡੇ ਬਜ਼ੁਰਗ ਬੈਠੇ ਨੇ ਰੱਬ ਵਰਗੇ ਜਿਨ੍ਹਾਂ ਨੇ ਬਲਦਾਂ ਦੀਆਂ ਪੁੰਛਾਂ ਮਰੋੜੀਆਂ ਸਾਨੂੰ ਟਰੈਕਟਰਾਂ ਦੇ ਸਟੇਅਰਿੰਗ ਫੜਾਏ ਜਿਨ੍ਹਾਂ ਨੇ ਹਨੇਰਿਆਂ 'ਚ ਵਕਤ ਕੱਟੇ ਸਾਡੇ ਘਰੇ ਚਾਨਣ ਜਗਮਗਾਏ ਜਿਨ੍ਹਾਂ ਨੇ ਪੌਡੀ ਪਾਡੀ ਕੌਲੀਆਂ ਗਲਾਸਾਂ ਦੇ ਨਾਮਾਂ ਨਾਲ ਖੇਡ ਕੇ ਕਰੋੜਾਂ ਦੀ ਕਰਕੇ ਦਿੱਤੀ ਸਤਿਕਾਰ ਕਰਿਆ ਕਰੋ ਇਹਨਾਂ ਬਜ਼ੁਰਗਾਂ ਦਾ ਬਾਪੂ ਮੰਜੇ ਤੇ ਬਿਮਾਰ ਪਿਆ ਹੋਵੇ ਹੈਲੋ
ਪੁੱਤ ਪੁੱਛ ਲੈ ਬਾਪੂ ਤੇਰਾ ਕੀ ਦੁਖਦਾ ਹੈ ਹਾਂਜੀ ਅੱਲਾ ਬਾਪੂ ਦਾ ਤਾਂ ਠੀਕ ਹੋ ਜਾਵੇ ਸਰਦਾਰ ਰਵੀਪ੍ਰੀਤ ਸਿੰਘ ਸਿੱਧੂ ਸਾਹਿਬ ਉਹਨਾਂ ਦੇ ਬੈਜ ਲਾ ਕੇ ਸਾਡੇ ਪ੍ਰਧਾਨ ਜੀ ਮਾਨ ਸਤਿਕਾਰ ਦੇਣਗੇ ਸੋ ਕਪਿਆਲ ਹਰਵਿੰਦਰ ਸਿੰਘ ਜੀ ਕਾਕੜਾ ਉਹਨਾਂ ਦੇ ਬੈਜ ਲਾਉਣਗੇ ਜੀ ਸਾਡੇ ਸਮੁੱਚੇ ਕਲੱਬ ਦੀ ਟੀਮ ਜਥੇਦਾਰ ਜੈਮ ਸਿੰਘ ਜੀ ਗਹਿਲਾ ਕਪਿਆਲ ਦੀ ਟੀਮ ਜਿਹੜੀ ਗਰਾਊਂਡ ਦੇ ਵਿੱਚ ਆਵੇ ਹਰਿਆਣੇ ਦੀ ਟੀਮ ਜਿਹੜੀ ਉਹ ਬਾਕੀ ਖਿਡਾਰੀ ਸੜਕ ਤੇ ਆ ਰਹੇ ਆ ਕਪਿਆਲ ਦੇ ਖਿਡਾਰੀ ਕਿਉਂਕਿ ਗੱਲ ਚੱਲ ਰਹੀ ਸੀ ਬਜ਼ੁਰਗਾਂ ਦੀ ਕਿ ਸਤਿਕਾਰ ਕਰਿਆ ਕਰੋ ਇਹਨਾਂ ਦਾ ਜੇ ਰੰਗਲੇ ਪੰਜਾਬ ਨੂੰ ਹੱਸਦਾ ਖੇਡਦਾ ਨੱਚਦਾ ਟੱਪਦਾ ਵੇਖਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਆਪਣੇ ਬਜ਼ੁਰਗਾਂ ਨੂੰ ਸਾਂਭ ਲਓ ਜਿਨ੍ਹਾਂ ਨੇ ਹੱਸਦਾ ਖੇਡਦਾ ਨੱਚਦਾ ਟੱਪਦਾ ਪੰਜਾਬ ਆਪਾਂ ਨੂੰ ਦਿੱਤਾ ਹੈ ਇਹ ਸਰਦਾਰੀਆਂ ਇਹਨਾਂ ਬਜ਼ੁਰਗਾਂ ਦੀ ਬਦੌਲਤ ਮਾਣਦੇ ਹਾਂ ਕਿ ਬਾਪੂ ਦੇ ਘਨੇੜੇ ਵਰਗੀ ਮੌਜ ਸੰਧੂ ਆਵੇ ਕਿਤੋਂ ਨਹੀਂ ਥਿਆਉਣੀ ਨਿੱਕੇ ਹੁੰਦੇ ਜਿਹੜੀ ਸੁਣ ਲਈ ਲੋਰੀ ਹੁਣ ਸਾਨੂੰ ਮਾਂ ਨੇ ਸੁਣਾਉਣੀ ਹਾਂਜੀ ਉਹਨਾਂ ਨੂੰ ਸਮੁੱਚੀ ਟੀਮ ਨੂੰ ਸਰਦਾਰ ਰਵੀਪ੍ਰੀਤ ਸਿੰਘ ਸਿੱਧੂ ਸਾਹਿਬ ਜੀ ਦੀ ਸਮੁੱਚੀ ਟੀਮ ਨੂੰ ਬੈਜ ਲਾ ਕੇ ਮਾਨ ਸਤਿਕਾਰ ਦਿੱਤਾ ਜਾ ਰਿਹਾ ਜੀ ਬਹੁਤ ਬਹੁਤ ਧੰਨਵਾਦ ਸਾਡੇ ਰਵੀਪ੍ਰੀਤ ਜੀ ਸਿੱਧੂ ਸਾਹਿਬ ਕਮੰਡ ਸਿੰਘ ਵਾਲੇ ਅੰਮ੍ਰਿਤ ਆਲੋ ਆਰਕ ਸਟੇਜ ਤੇ ਪਹੁੰਚ ਜਾਣ ਜੀ ਭੰਤੀ ਵਾਲਦ ਉਹ ਵੀ ਸਟੇਜ ਤੇ ਪਹੁੰਚ ਜਾਣ ਜੀ ਆਇਆਂ ਜੀ ਬਹੁਤ ਬਹੁਤ ਧੰਨਵਾਦ ਸਾਡੇ ਡਾਕਟਰ ਸਾਹਿਬ ਭਵਾਨੀਗੜ੍ਹ ਵਾਲੇ ਉਹ ਵੀ ਸਾਡੇ ਵਿਚਕਾਰ ਪਹੁੰਚੇ ਨੇ ਜੀ ਆਇਆਂ ਨੂੰ ਜੀ ਬਹੁਤ ਬਹੁਤ ਧੰਨਵਾਦ ਸ਼ੇਰ ਸਿੰਘ ਜੀ ਸਰਦਾਰ ਸ਼ੇਰ ਸਿੰਘ ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਜੀ ਬਹੁਤ ਬਹੁਤ ਧੰਨਵਾਦ ਤਰਸੇਮ ਇੱਕ ਫਰਮਾਇਸ ਬਜ਼ੁਰਗਾਂ ਦੀ ਆ ਸਾਈਕਲ ਜਦੋਂ ਮੈਂ ਸੁਣਾਉਂਗਾ ਪਾਈ ਬਣ ਕੇ ਉਦੋਂ ਮੈਨੂੰ 3 ਕੁ ਮਿੰਟ ਦੇ ਦੀ ਉੱਥੋਂ ਪਹਿਲਾਂ ਕਿੰਨਾ ਮਰਜ਼ੀ ਬੋਲੀ ਜਾ ਹਾਂਜੀ ਸਰਦਾਰ ਸ਼ੇਰ ਸਿੰਘ ਜੀ ਡਾਕਟਰ ਸਾਹਿਬ ਭਵਾਨੀਗੜ੍ਹ ਵਾਲੇ ਪਹੁੰਚੇ ਨੇ 3 ਕੁ ਮਿੰਟ ਉਹ ਸਾਈਕਲ ਵਾਸਤੇ ਢਿੱਲੋਂ ਤੇ ਬੰਟੀ ਢਿੱਲੋਂ ਉਹਨਾਂ ਦੇ ਬੈਜ ਲਾਇਆ ਜਾ ਰਿਹਾ ਜੀ ਬਹੁਤ ਬਹੁਤ ਧੰਨਵਾਦ ਹਾਂਜੀ ਸੰਧੂ ਸਾਹਿਬ ਸੁਣਾਓ ਜੀ ਸਾਈਕਲ ਕਿਉਂਕਿ ਮੈਚ ਜਿਹੜੇ ਕਪਿਆਲ ਦੀ ਟੀਮ ਗਰਾਊਂਡ ਦੇ ਵਿੱਚ ਆਵੇ ਹਰਿਆਣੇ ਦੇ ਸ਼ੋਹਰੇ ਗਰਾਊਂਡ ਦੇ ਵਿੱਚ ਆ ਗਏ ਨੇ ਪੰਜਾਬ ਤੇ ਹਰਿਆਣੇ ਦਾ ਮੈਚ ਹੈ ਕਦੇ ਪਾਣੀਆਂ ਦਾ ਮਸਲਾ ਹਾਂਜੀ ਸਾਡੇ ਸਰਦਾਰ ਹਰਵਿੰਦਰ ਸਿੰਘ ਜੀ ਕਾਕੜਾ ਮੰਤਰੀ ਸਾਹਿਬ ਉਹਨਾਂ ਦੇ ਬੈਜ ਲਾ ਕੇ ਉਹਨਾਂ ਨੂੰ ਮਾਨ ਸਤਿਕਾਰ ਦਿੰਦੇ ਹੋਏ ਸਾਡੇ ਕਲੱਬ ਦੇ ਪ੍ਰਧਾਨ ਸਾਹਿਬ ਸਾਡੇ ਬਈ ਯਾਰਾਂ ਦੇ ਯਾਰ ਗੁਰਪ੍ਰੀਤ ਸਿੰਘ ਜੀ ਕਮੰਡ ਸਿੰਘ ਵਾਲੇ ਤੋਂ ਵੀ ਵਿਸ਼ੇਸ਼ ਤੌਰ ਤੇ ਪੁੱਜੇ ਨੇ ਰਵੀਪ੍ਰੀਤ ਸਿੰਘ ਜੀ ਸਾਡੇ ਮੇਰੇ ਵੀਰੋ ਸਿੱਧੂ ਸਾਹਿਬ ਜੋ ਰੰਗਲੇ ਪੰਜਾਬ ਦਾ ਮਾਨ ਨੇ ਕਹਿਣੀ ਤੇ ਕਰਨੀ ਦੇ ਪੱਕੇ ਲੋੜਵੰਦਾਂ ਦੇ ਮਦਦਗਾਰ ਇਨਸਾਨ ਹੈ ਉਹ ਵੀ ਵਿਸ਼ੇਸ਼ ਤੌਰ ਤੇ ਸਾਡੇ ਵਿਚਕਾਰ ਪੁੱਜੇ ਹੋਏ ਨੇ ਧੰਨਵਾਦ ਕਰਦੇ ਹਾਂ ਜੀ ਇਹਨਾਂ ਨੂੰ ਕਪਿਆਲ ਦੀ ਟੀਮ ਗਰਾਊਂਡ ਦੇ ਵਿੱਚ ਆਵੇ ਤੇ ਉਹਨਾਂ ਵੱਲੋਂ ਵੱਡੇ ਸਤਿਕਾਰ ਜਿਹੜੇ 1000 ਰੁਪਇਆ 500 ਦੇ 2 ਨੋਟ ਜਿਹੜੇ ਸੰਧੂ ਭਰਾਵਾਂ ਦੇ ਲਈ ਵਿਸ਼ੇਸ਼ ਤੌਰ ਤੇ ਮਾਨ ਪੁੱਜੇ ਨੇ ਧੰਨਵਾਦ ਕਰਦੇ ਹਾਂ ਜੀ ਇਹਨਾਂ ਨੂੰ ਆਖਦੇ ਹਾਂ ਸਤਿਕਾਰ ਕਰਦੇ ਆ ਜੀ ਇਹਨੂੰ ਆਖਦੇ ਵੱਡੇ ਮਾਨ ਸੰਧੂ ਭਰਾਵਾਂ ਲਈ 1000 ਧੰਨਵਾਦ ਹੈ ਜੀ ਆ ਗਈ ਜੀ ਵੈਲ ਆ ਗਈ ਸਵਰਨ ਤੇ ਕਪਿਆਲ ਦੇ ਖਿਡਾਰੀਆਂ ਨੂੰ ਸੱਦਾ ਕਿ ਜਲਦੀ ਗਰਾਊਂਡ ਦੇ ਵਿੱਚ ਆ ਜਾਓ ਪਵਿੱਤਰ ਬਾਈ ਆ ਜਾਓ ਕਿਹੜਾ ਉਡੀਕਾਂ ਹੋ ਰਹੀਆਂ ਨੇ ਇੱਕ ਆਮ ਜੱਟ ਦੀ ਕਹਾਣੀ ਆ ਜਿਹੜੀਆਂ ਖੁਦਕੁਸ਼ੀਆਂ ਹੋ ਰਹੀਆਂ ਨੇ ਅਖਬਾਰਾਂ ਤੇ ਆਪਾਂ ਪੜ੍ਹਦੇ ਹਾਂ ਪ੍ਰਤਾਪ ਸਿੰਘ ਜੀ ਢਿੱਲੋਂ ਸਾਹਿਬ ਉਹਨਾਂ ਦੇ ਬੈਜ ਲਾ ਕੇ ਉਹਨਾਂ ਨੂੰ ਮਾਨ ਸਤਿਕਾਰ ਦਿੱਤਾ ਗਿਆ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੇ ਤਾਂ ਬੋਲੇਗਾ ਤਾਂ ਮੈਂ ਰੁਕ ਜਾਣਾ ਫੇਰ ਸੁਣਾ ਦੂੰਗਾ ਨਹੀਂ ਫਿਰ ਮੈਨੂੰ 2 ਕੁ ਮਿੰਟ ਦੇ ਦੀ ਤੇ ਉਧਰੋਂ ਕਪਿਆਲ ਦੇ ਖਿਡਾਰੀ ਜਿਹੜੇ ਗਰਾਊਂਡ ਦੇ ਵਿੱਚ ਆ ਜਾਣ ਕਿਉਂਕਿ ਖੁਦਕੁਸ਼ੀਆਂ ਜਿਹੜੀਆਂ ਕਿਸਾਨ ਕਰ ਰਹੇ ਨੇ ਉਹਦੇ ਵਿੱਚ ਪਰਿਵਾਰ ਦਾ ਵੀ ਕਾਫੀ ਵੱਡਾ ਰੋਲ ਹੁੰਦਾ ਇੱਕ ਆਮ ਜੱਟ ਦੀ ਕਹਾਣੀ ਆ ਬਾਪੂ ਕੋਲੇ ਜ਼ਮੀਨ ਥੋੜੀ ਹੈ ਬਾਪੂ ਨੂੰ ਫਿਕਰ ਹੈ ਕਿ ਧੀ ਮੁਟਿਆਰ ਹੋ ਗਈ ਉਹਦਾ ਵਿਆਹ ਕਰ ਦਈਏ ਵਧੀਆ ਕਰੇ ਵਿਆਹੀ ਗਈ ਮੌਜਾਂ ਮਾਣੂਗੀ ਪਿੰਡੋਂ ਮੁੰਡੇ ਨੇ ਪਲਾਟੂ ਪਾਸ ਕੀਤੀ ਸ਼ਹਿਰ ਦਾਖਲੇ ਲੈਤੇ ਵੱਡਿਆਂ ਘਰਾਂ ਦੇ ਕਾਕਿਆਂ ਨਾਲ ਆੜੀਆਂ ਪੈ ਗਈਆਂ ਘਰੇ ਆਇਆ ਕਹਿੰਦਾ ਬਾਪੂ ਮੇਰੇ ਸਾਰੇ ਆੜੀਆਂ ਕੋਲੇ ਕਾਰਾਂ ਨੇ ਮੈਨੂੰ ਵੀ ਕਾਰ ਲੈ ਕੇ ਦੇ ਭਾਵੇਂ ਜ਼ਮੀਨ ਵੇਚ ਘਰ ਵਾਲੀ ਕਹਿੰਦੀ ਮੇਰੀ ਭੈਣ ਨੇ ਕੋਠੀ ਪਾ ਲਈ ਉਹ ਤੂੰ ਵਧੀਆ ਕੋਠੀ ਪਾ ਭਾਵੇਂ ਕਿਤੋਂ ਮਰਜ਼ੀ ਲੋਨ ਕਰਾ ਮੈਂ ਤਾਂ ਰੋਟੀ ਟੁੱਕ ਫੇਰ ਫੜਾਉਂਗੀ ਬੇਬੇ ਬੈਠੀ ਆ 60 ਸਾਲ ਦੀ ਕਹਿੰਦੀ ਪੁੱਤ ਮੇਰੇ ਗੋਡੇ ਦੁਖਦੇ ਨੇ 2.5 ਲੱਖ ਲੱਗੂ ਜਲੰਧਰ ਪਹਿਲਾਂ ਗੋਡੇ ਬਦਲਾ ਦੇ ਬਾਕੀ ਕੰਮ ਫੇਰ ਕਰ ਲਾਂਗੇ ਜੱਟ ਵਿਚਾਲੇ ਫਸਿਆ ਹੋਇਆ ਕਿ ਮੁੰਡਾ ਕਹਿੰਦਾ ਬਾਪੂ ਉਹ ਮੈਂ ਗੱਡੀ ਲੈਣੀ ਹੈ ਬਾਪੂ ਕਹਿੰਦਾ ਸੰਧੂਆ ਪੈਣੀ ਵੇਚਣੀ ਪੈਣੀ ਹੈ ਟਾਲੀ ਵਾਲਾ ਕੀਲਾ ਬਾਪੂ ਲੇਖੇ ਲਾ ਦੇ ਵੇ ਬੜੇ ਚਿਰਾਂ ਦੀ ਰੀਸ ਤੂੰ ਮੈਨੂੰ ਕਾਰ ਦਵਾ ਦੇ ਵੇ ਹਾਲੇ ਤੇਰੀ ਛੋਟੀ ਭੈਣ ਵਿਆਹਣੀ ਉਹ ਪੁੱਤਰਾ ਜ਼ਿੰਮੇਦਾਰੀ ਵੱਡੀ ਹੈ ਸੰਧੂਆ ਅੱਖਾਂ ਮੀਚ ਲਾ ਲੈ
ਸਾਡਾ ਤਾਂ ਸਾਈਕਲ ਗੱਡੀ ਹੈ। ਘਰਵਾਲੀ ਕਹਿੰਦੀ ਆਪਾਂ ਕੋਠੀ ਪਾਈਏ ਜੀ, ਉਹ ਬੜੀਆਂ ਬੈਂਕਾਂ ਫਿਰਦੀਆਂ ਉੱਥੋਂ ਲੋਨ ਕਰਾਈਏ ਜੀ। ਬੇਬੇ ਕਹਿੰਦੀ ਮੇਰਾ ਇਲਾਜ ਕਰਾ ਦੇ ਓਏ ਪੁੱਤਰਾ, ਆ ਦੁਖਦੇ ਮੇਰੇ ਗੋਡੇ ਨਵੇਂ ਪਵਾ ਦੇ ਓਏ ਪੁੱਤਰਾ। ਕੀ ਕਰੇ ਜੱਟ ਵਿਚਾਰਾ, ਫਸਲ ਵਿੱਚ ਰੁੜਦੀ ਮੰਡੀ ਹੈ, ਸੰਧੂਆ ਅੱਖਾਂ ਮੀਂਹ ਚਲਾ ਲੈ, ਸਾਡਾ ਤਾਂ ਸਾਈਕਲ ਗੱਡੀ ਹੈ। ਫਿਰ ਮੁੰਡਾ ਜਿੱਦ ਪਕਾ ਲੈਂਦਾ, ਜ਼ਮੀਨ ਵੇਚ ਕੇ ਗੱਡੀ ਲੈਤੀ ਜਾਂਦੀ ਹੈ। ਬਾਪੂ ਨੂੰ ਫਿਕਰ ਆ ਕੇ ਇਕੱਲਾ ਪੁੱਤ ਹੈ, ਕਿਉਂਕਿ ਅੱਜ ਕੱਲ੍ਹ ਦੇ ਮੁੰਡੇ ਘਰੇ ਲੜ ਕੇ ਸਪਰੇਅ ਵਾਲੀਆਂ ਸੀਸੀਆਂ ਕੰਨੀ ਵੱਧ ਫਸਦੇ ਹੈ। ਤੇ ਘਰ ਵਾਲੀ ਜਿੱਦ ਪਕਾ ਲੈਂਦੀ ਆ, ਲੋਨ ਲੈ ਕੇ ਕੋਠੀ ਪਾਈ ਜਾਂਦੀ ਹੈ। ਪੁੱਤ ਨੂੰ ਵਿੱਚੋਂ ਵਿੱਚ ਇੱਕ ਫਿਕਰ ਖਾਂਦਾ ਹੈ ਕਿ ਮਾਂ ਨੇ ਗੋਡੇ ਬਦਲਣ ਦਾ ਸਵਾਲ ਕੀਤਾ ਸੀ, ਆਪਾਂ ਉਹ ਵੀ ਪੂਰਾ ਕਰ ਦਈਏ। ਉਧਰੋਂ ਰਿਸ਼ਤੇਦਾਰ ਧੀ ਦਾ ਰਿਸ਼ਤਾ ਤੈਅ ਕਰਾ ਦਿੰਦੇ, ਵਿਆਹ ਰੱਖਿਆ ਜਾਂਦਾ ਹੈ। ਸਹੁਰੇ ਦਾਜ ਮੰਗ ਲੈਂਦੇ ਨੇ, ਬਾਪੂ ਪੈਸੇ ਦਾ ਪ੍ਰਬੰਧ ਕਰਦਾ, ਕਿਤੋਂ ਨਹੀਂ ਹੁੰਦਾ ਕਿਉਂਕਿ ਪਹਿਲਾਂ ਹੀ ਲੋਨ ਬਹੁਤ ਚੜਿਆ ਪਿਆ। ਚੁੱਪ ਚੁੱਪ ਰਹਿਣ ਲੱਗਦਾ ਬਾਪੂ। ਫਿਰ ਕਹਿੰਦੇ ਨੇ ਬਾਪੂ ਸਾਡਾ ਚੁੱਪ ਕਿਉਂ ਰਹਿੰਦਾ ਏ, ਕੀ ਪਤਾ ਤੁਹਾਨੂੰ ਬਾਪੂ ਕਿੱਦਾਂ ਮਰ ਮਰ ਕੇ ਜੀਂਦਾ ਏ। ਕਿਹਾ ਕਦੇ ਕਿ ਬਾਪੂ ਤੇਰੇ ਪੈਰ ਦਵਾ ਦਈਏ, ਆ ਕਿਵੇਂ ਬੱਚੀ ਤੇਰੇ ਦਾਦੀਓ ਬਾਪੂ ਮੱਲ ਮਲਾ ਦਈਏ। ਕਰਜ਼ੇ ਚ ਡੁੱਬੇ ਬਾਪੂ ਨੇ ਲੈ ਲਿਆ ਫਾਹਾ, ਉਹ ਲਾਸ਼ ਕਿੱਕਰ ਤੇ ਟੰਗੀ ਹੈ, ਸੰਧੂਆ ਅੱਖਾਂ ਮੀਂਹ ਚਲਾ ਲੈ, ਸਾਡਾ ਤਾਂ ਸਾਈਕਲ ਗੱਡੀ ਹੈ। ਸੰਧੂਆ ਅੱਖਾਂ ਮੀਂਹ ਚਲਾ ਲੈ, ਸਾਡਾ ਤਾਂ ਸਾਈਕਲ ਗੱਡੀ ਹੈ। ਲੈ ਵੀ ਲੜਕੇ ਤਾੜੀ ਮਾਰ ਦਿਓ ਸਾਈਕਲ ਦੇ ਲਈ। ਇਹ ਸੀ ਆਮ ਕਿਸਾਨ ਦੀ ਕਹਾਣੀ ਜਿਹੜੀ ਆਪਾਂ ਰੋਜ਼ ਅਖਬਾਰਾਂ ਦੇ ਲਈ ਪੜ੍ਹਦੇ ਹਾਂ। ਬਾਈ ਹਰਪ੍ਰੀਤ ਸੰਧੂ ਜੀ ਤੁਹਾਡੇ ਰੂਬਰੂ, ਇਹ ਤਾਂ ਸਾਡਾ ਵੀਰ ਪ੍ਰਦੀਪ ਕੁਮਾਰ ਕਲੱਬ ਪ੍ਰਧਾਨ ਉਹਦੀ ਖੇਡ ਮੈਦਾਨ ਵਿੱਚ ਪੁੱਜਿਆ। ਸਰਦਾਰ ਜਸਵਿੰਦਰ ਸਿੰਘ ਜੀ ਪੰਜ ਸਬਰਾਂ ਦੇ ਲਾਡਲੇ ਪੁੱਤਰ ਹੈ, ਅੱਜ ਦੀ ਪ੍ਰਧਾਨਗੀ ਕਰ ਰਹੇ ਇਸ ਕਬੱਡੀ ਕੱਪ ਦੀ। ਉਧਰ ਸਾਡਾ ਵੀਰ ਹਰਵਿੰਦਰ ਕੁਮਾਰ, ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ। ਗੁਰਜੰਟ ਕੁਮਾਰ, ਸਾਰੇ ਵੀਰਾਂ ਦਾ ਵੱਡਾ ਧੰਨਵਾਦ ਕੀਤਾ ਜਾਂਦਾ। ਡਾਕਟਰ ਜਤਿੰਦਰ ਵੀ, ਸਾਡੇ ਸਾਰੇ ਵੀਰਾਂ ਦਾ ਵੱਡਾ ਥੈਂਕ ਯੂ ਆ। ਉਧਰੋਂ ਸਾਡੇ ਬਾਈ ਮਨਦੀਪ ਈਲਵਾਲ, ਬਾਈ ਛੋਟੂ ਈਲਵਾਲ, ਬਾਈ ਬਲਕਾਰ ਬਾਸ਼ੀ ਅਰਕ, ਬਾਈ ਜਤਿੰਦਰ ਈਲਵਾਲ, ਸਾਡੇ ਬਾਈ ਜਗਦੀਪ ਆਸਟ੍ਰੇਲੀਆ, ਉਹਨਾਂ ਦੇ ਯਾਰ ਜਿਹੜੇ ਵਸੇ ਤੌਰ ਤੇ ਬੁੱਝੇ ਨੇ, ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਪੰਜਾਬ ਤੇ ਹਰਿਆਣੇ ਦਾ ਤੁਹਾਡੇ ਸਾਹਮਣੇ ਮੁਕਾਬਲਾ ਸ਼ੁਰੂ ਹੋਣ ਲੱਗਿਆ ਹੈ, ਧਰਤੀ ਕਪਿਆਲ ਦੀ। ਮੇਰੇ ਵੀਰਿਓ, ਗ੍ਰਾਮ ਪੰਚਾਇਤ ਕਪਿਆਲ ਸਮੂਹ ਨਗਰ ਭਾਈ ਕਨਈਆ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ ਮਾਤਾ ਕਿਸ਼ਨ ਕੌਰ, ਉਹ ਪਵਿੱਤਰ ਸਥਾਨ ਜਿੱਥੇ ਮਨ ਮੰਗੀਆਂ ਮੁਰਾਦਾਂ ਪੂਰੀਆਂ ਹੁੰਦੀਆਂ, ਸੱਚੇ ਦਿਲ ਨਾਲ ਸੇਵਾ ਕੀਤੀ ਜਾਵੇ ਸਫਲ ਹੁੰਦੀ ਹੈ, ਉਹਨਾਂ ਦੀ ਯਾਦਗਾਰੀ ਦੇ ਵਿੱਚ 42 ਵਾਂ ਇਹ ਕਬੱਡੀ ਕੱਪ ਤੁਹਾਡੀਆਂ ਅੱਖਾਂ ਤੱਕ ਲਈਆਂ ਗਈਆਂ ਨੇ। ਸਵਰਗਵਾਸੀ ਬਲਕਾਰ ਸਿੰਘ ਸਾਡਾ ਯਾਰ ਕਬੱਡੀ ਖਿਡਾਰੀ, ਉਹਦੀ ਯਾਦ ਨੂੰ ਸਮਰਪਿਤ ਜਿਹੜਾ ਇਹ ਕਬੱਡੀ ਕੱਪ ਹੈ, ਤੇ ਨਾਲੇ ਚੇਅਰਮੈਨ ਬਾਈ ਮਾਨਵਦੀਪ ਸਿੰਘ ਗੋਲਡੀ, ਸਰਪ੍ਰਸਤ ਬਾਈ ਹਰਵਿੰਦਰ ਸਿੰਘ ਘੁਬਾੜ, ਪ੍ਰਧਾਨ ਪ੍ਰਦੀਪ ਕਪਿਆਲ, ਤੇ ਨਾਲੇ ਬਾਈ ਪ੍ਰੋਫੈਸਰ ਜਸਵੀਰ ਸਿੰਘ ਜੀ, ਉਹਨਾਂ ਦੇ ਵੀ ਵੱਡੇ ਉਦਮ ਹੈ, ਖਜ਼ਾਨਾ ਮੰਤਰੀ ਗੁਰਜੰਟ ਕੁਮਾਰ, ਬਿੱਟੂ ਕਪਿਆਲ ਕਬੱਡੀ ਖਿਡਾਰੀ, ਅਰੂਪੀ ਕੁਮਾਰ, ਦੀਪਕ ਕਪਿਆਲ, ਬਾਈ ਜਤਿੰਦਰ ਕਪਿਆਲ, ਗੰਗੀ ਕੁਮਾਰ, ਬਾਈ ਬਲਕਾਰ, ਬਾਈ ਤਰਲੋਚਣੀ, ਬਾਈ ਡਾਕਟਰ ਵੀਰੂ, ਬਾਈ ਪ੍ਰਦੀਪ ਕੁਮਾਰ, ਡਾਕਟਰ ਪਾਲਾ ਫਰੀ ਸੇਵਾ ਕਰ ਰਹੇ ਨੇ, ਜੋ ਡਾਕਟਰ ਅਮਰੀਕ ਸਿੰਘ ਫਰੀ ਸੇਵਾ ਕਰ ਰਹੇ ਨੇ, ਤਾਰੀ ਬਾਈ ਹੋਰੀ, ਸਾਡੇ ਤਰਜਾਦ ਸਤਗੁਰ ਸ਼ਿੰਦੇ ਬਾਈ ਹੋਰੀ, ਸਰਪੰਚ ਹਰਪਾਲ ਸਿੰਘ ਜੀ ਫੌਜੀ, ਜਸਵਿੰਦਰ ਸਿੰਘ ਜੀ ਪੰਚ, ਸਾਡੇ ਗਿਰਧਾਰੀ ਲਾਲ ਪੰਚ ਸਾਹਿਬ, ਬਖਸੀਸ ਸਿੰਘ ਜੀ ਪੰਚ, ਬਲਵੀਰ ਸਿੰਘ ਜੀ ਪੰਚ, ਸਾਡੇ ਸੇਵਾ ਸਿੰਘ ਜੀ ਪੰਚ, ਬਲਦੇਵ ਸਿੰਘ ਜੀ ਪੰਚ, ਸਾਡੇ ਬਿੱਟੂ ਕਪਿਆਲ ਪੰਚ, ਕਾਲਾ ਸੋਢੀ ਪੰਚ, ਸਾਡਾ ਬਾਈ ਅਵਤਾਰ ਪੰਚ, ਹਾਂਜੀ ਬੋਲਦੇ, ਉਹ ਗੇੜਾ ਲਾ ਰਿਹਾ ਜੀ ਬੱਚਾ, ਜਿਹਨਾਂ ਨੇ ਮਾਣ ਕਰਨਾ ਉਸ ਬੱਚੇ ਦਾ ਮਾਣ ਕਰ ਸਕਦੇ ਹੋ। ਉਧਰੋਂ ਉੱਪਣ ਦਾ ਪਹਿਲਾ ਇਨਾਮ ਗੋਲਡੀ ਬਾਈ ਆਸਟ੍ਰੇਲੀਆ ਆਪਣੇ ਯਾਰਾਂ ਨਾਲ ਆਸਟ੍ਰੇਲੀਆ ਦੀ ਧਰਤੀ ਦੇ ਮਹਿਫਲਾਂ ਲਈ ਬੈਠਾ ਹੈ। ਕਬੱਡੀ 365.com ਦੇ ਜ਼ਰੀਏ ਜਦੋਂ ਜੱਫਾ ਲੱਗਦਾ, ਆਸਟ੍ਰੇਲੀਆ ਦੀ ਧਰਤੀ ਦੇ ਲਾਲਕੜਾ ਮਾਰਦੇ ਨੇ, ਗੋਰੇ ਪੁੱਛਦੇ ਨੇ ਕਹਿੰਦੇ ਕੀ ਹੋ ਗਿਆ, ਉਹ ਕਹਿੰਦਾ ਇਹ ਮੇਰੇ ਪਿੰਡ ਦਾ ਨਜ਼ਾਰਾ, ਅੱਜ ਆਸਟ੍ਰੇਲੀਆ 'ਚ ਧਮਕ ਪੈਂਦੀ ਹੈ। ਗੋਲਡੀ ਬਾਈ ਆਸਟ੍ਰੇਲੀਆ, ਹਰਮਨ ਅਮਰੀਕਾ, ਤੇ ਬਾਈ ਬਿੱਟੂ ਕਪਿਆਲ 55,555 ਦਾ ਪਹਿਲਾ ਨਾਮ, ਦੂਜਾ ਨਾਮ ਸਾਡੇ ਪ੍ਰਦੀਪ ਕਪਿਆਲ, ਹਰਦੀਪ ਖੰਗੂੜਾ 33,333, ਮੋਟਰਸਾਈਕਲ ਸਾਡੇ ਅਰਵਿੰਦਰ ਅਭੀ, ਸਾਡਾ ਜਗਵੀਰ ਕੁਮਾਰ ਬੈਟ ਟ੍ਰੇਡਰ ਨੂੰ, ਸਿਕੰਦਰ ਕੁਮਾਰ ਤੇ ਹਰਵੀਰ ਲਾਡੀ ਬੈਰੀ ਆਫੀ ਨੂੰ, 75 ਕਿਲੋ ਦੇ ਦੋਨੋਂ ਨਾਮ, ਮਾਨਦੀਪ ਗੋਲਡੀ ਯਾਰ ਸਾਡਾ ਠੇਕੇਦਾਰ, ਆ ਜਥੇਦਾਰ ਕਰਮਜੀਤ ਸਿੰਘ ਜੀ ਖਾਲਸਾ, ਆ ਪ੍ਰਾਪਰਟੀ ਵਾਲੇ, ਉਹਨਾਂ ਵੱਲੋਂ 36,000 ਦੇ ਜਿਹੜੇ 75 ਦੇ ਦੋਨੋਂ ਨਾਮ ਦਿੱਤੇ ਜਾਣੇ ਆ। ਕੂਲਰ ਜਿਹੜੇ ਬੈਟਰੇਟਰ ਲਈ ਬਿੰਦਰ ਕੁਮਾਰ ਤੇ ਹਰਜੀਤ ਕੁਮਾਰ,
ਕਬੱਡੀ 365.com ਕਰਨ ਕਮਾਨ ਦੇ ਬਈ ਗੁਰੀ ਕਮਾਨ ਉਹਨਾਂ ਦੇ ਸੱਦੇ ਦੇ ਵਸੇਹ ਕਰਦੇ ਸਾਡੇ ਇਸ ਕਬੱਡੀ ਕੱਪ ਦਾ ਸਾਡੇ ਰਵੀਪ੍ਰੀਤ ਸਿੱਧੂ ਜੀ ਉੱਗੇ ਸਮਾਜ ਸੇਵੀ ਹੈ ਮੇਰੇ ਵੀਰੋ ਆ ਗਰੀਬਾਂ ਦੇ ਮਸੀਹਾ ਕਹਿਣੀ ਤੇ ਕਰਨੀ ਦੇ ਪੱਕੇ ਆ ਉਹਨਾਂ ਦੇ ਇੱਥੇ ਪੁੱਜਣ ਦੇ ਸਮੁੱਚੀ ਕਮੇਟੀ ਵੱਲੋਂ ਸਮੁੱਚੇ ਦਰਸ਼ਕਾਂ ਵੱਲੋਂ ਸਾਰੇ ਖਿਡਾਰੀਆਂ ਵੱਲੋਂ ਜੀਆਂ ਨੂੰ ਆਖਦੇ ਆ ਧੰਨਵਾਦ ਕਰਦੇ ਆ ਉਧਰੋਂ ਨੰਬਰਦਾਰ ਕਪਿਆਲ ਦਾ ਚਾਂਟੇ ਕਪਿਆਲ ਦਾ ਕੁਲਦੀਪ ਕਪਿਆਲ ਦਾ ਸਾਡੇ ਰੋਹੀ ਕਪਿਆਲ ਦਾ ਪ੍ਰਦੀਪ ਘੁਮਾਨ ਕਲੱਬ ਪ੍ਰਧਾਨ ਉਹਨਾਂ ਵੱਲੋਂ ਸਿਆਉਣੇ ਦੀਆਂ ਮੁੰਦੀਆਂ ਨਾਲ ਸਨਮਾਨ ਕੀਤਾ ਜਾ ਰਿਹਾ ਹੈ ਸਹਿਲ ਸ਼ਰਮਾ ਸਾਡੇ ਕਿੱਕ ਬਾਕਸਿੰਗ ਦੇ ਗੋਲਡ ਤੇ ਬਾਈ ਪ੍ਰੋਫੈਸਰ ਜਸਵੀਰ ਕਪਿਆਲ ਉਹਨਾਂ ਦਾ ਸਾਡੇ ਬੂਟਾ ਪਵਿੱਤਰ ਬਾਈ ਮਾਟਰ ਨੇਕ ਸਿੰਘ ਜੀ ਇਕਬਾਲ ਬਲਾਕ ਸੰਮਤੀ ਮੈਂਬਰ ਹਰਜੀਤ ਜੀਤ ਕਪਿਆਲ ਸਾਡਾ ਮਨਿੰਦਰ ਬਾਈ ਕਪਿਆਲ ਗਮਦੂਰ ਸਿੰਘ ਵੱਲੋਂ ਸਨਮਾਨ ਕੀਤਾ ਜਾਣਾ ਇੱਧਰੋਂ ਤੱਕਦੇ ਆ ਬਾਹਰ ਦੋ ਤਾੜੀਆਂ ਇਹ ਆ ਪੰਜਾਬ ਦਾ ਯੱਟ ਤੇ ਦੂਜੇ ਪਾਸੇ ਹਰਿਆਣੇ ਦਾ ਯਾਟ ਲੈ ਵੀ ਕਰਮੀ ਆ ਇਹਦੇ ਪੈਰਾਂ ਚ ਭੁਚਾਲ ਸਹਿਕਦੇ ਨੇ ਇਹ ਕਹਿੰਦਾ ਚ ਪੰਜਾਬ ਦੀ ਧਰਤੀ ਦੇ ਜੱਫਾ ਨਹੀਂ ਖਾਣਾ ਅੱਜ ਦਾ ਕੌਡੀ ਦਾ ਮਸਲਾ ਹੈ ਕਦੇ ਪਾਣੀਆਂ ਦਾ ਮਸਲਾ ਹੈ ਅੱਜ ਵੇਖਦੇ ਆ ਇੱਕ ਪਾਸੇ ਹਰਿਆਣੇ ਦਾ ਯਾਟ ਪਵਿੱਤਰ ਸਿਓ ਗੋਲਡੀ ਵੀ ਕਹਿੰਦਾ ਤੇਰੇ ਯਾਰ ਕੁਮਾਰੀ ਕਹਿੰਦੇ ਆ ਪਰ ਅੰਕ ਵੇਖਾਂਗੇ ਕਿਹਦੇ ਕਬਜ਼ੇ ਦੇ ਵਿੱਚ ਹੋਣਾ ਅੱਗ ਕਪਿਆਲ ਦੀ ਟੀਮ ਦੇ ਕਬਜ਼ੇ ਦੇ ਵਿੱਚ ਆ ਜੰਗਪਾਲ ਧੌੜੇ ਵਾਲਾ ਲੈ ਵੀ ਹਰਿਆਣੇ ਵਾਲਿਓ ਕੈਂਥਲ ਵਾਲਿਓ ਸਾਹਮੋ ਜੇ ਮੁੰਡਾ ਸਾਹਮਿਆ ਜਾਂਦਾ ਹੈ ਹੱਥਾਂ ਚੋਂ ਤਿੜਕਦਾ ਧੌੜੇ ਦਾ ਜੰਗਪਾਲ ਪਿੰਡੇ ਨੂੰ ਮਿੱਟੀ ਨਹੀਂ ਲਵਾਈ ਕਿ ਹਿੰਦੀ ਚ ਬੋਲ ਕੇ ਦੱਸਾਂ ਫੜੋ ਫਿਰ ਜੇ ਫੜਿਆ ਜਾਂਦਾ ਹੈ ਸਾਹਮਣੇ ਤੱਕ ਰਿਹਾ ਕਿ ਜੰਗਪਾਲ ਕੌਡੀ ਪਾਉਣ ਦੇ ਲਈ ਅੱਗੇ ਵੱਲ ਵਾਧਾ ਹੋਇਆ ਲੈ ਵੀ ਦੇਖੋ ਰਾਣੇ ਵਾਲਿਓ ਮੁੰਡੇ ਨਾਲ ਦੋ ਹੱਥ ਕਰਕੇ ਅੱਜ ਦੇਖੋ ਇੱਕ ਪਾਸੇ ਜੰਗਪਾਲ ਤੇ ਦੂਜੇ ਪਾਸੇ ਕੈਂਥਲ ਹਰਿਆਣੇ ਦੀ ਧਰਤੀ ਦੇ ਚਾਰ ਜਾਫੀ ਹੈ ਬਈ ਬਾ ਬੱਲੇ ਬੱਲੇ ਹੋ ਗਈ ਨਹੀਂ ਰਿਸਾ ਮਾਰ ਦੋ ਤਾੜੀਆਂ ਇਹ ਆ ਜੰਗਪਾਲ ਧੌੜੇ ਵਾਲਾ ਸਵਰਨਿਆ ਛੇੜ ਕਹਾਣੀ ਆ ਮੁੰਡੇ ਦੀ ਇਹ ਆ ਸੇਟੀ ਹਰਿਆਣੇ ਵਾਲਾ ਮੇਰੇ ਵੀਰ ਉਧਰ ਕਲੱਬ ਦੇ ਪ੍ਰਧਾਨ ਸਾਡਾ ਵੀਰ ਪ੍ਰਦੀਪ ਕਮਾਨ ਆਖਦਾ ਹੈ ਕਿ ਕਪਿਆਲ ਵਾਲੇ ਜਿਹੜੇ ਵੀ ਜੱਫੇ ਲਾਉਣਗੇ ਦੋ ਦੋ ਸੌ ਰੁਪਏ ਦੇ ਮਾਨ ਦਿੱਤੇ ਜਾਣੇ ਆ ਸਾਡੇ ਵੀਰ ਪ੍ਰਦੀਪ ਕਮਾਨ ਜੀ ਕਲੱਬ ਪ੍ਰਧਾਨ ਉਹਨਾਂ ਦੇ ਵੱਲੋਂ ਕਪਿਆਲ ਦੇ ਜਿਹੜੇ ਵੀ ਖਿਡਾਰੀ ਜੱਫੇ ਲਾਉਣਗੇ ਲੈ ਵੀ ਜਿਹੜੇ ਜਿਹੜੇ ਬਾਧੂ ਨੇ ਬਹਿ ਜਾਓ ਦਰਸ਼ਕਾਂ ਦੀ ਮੰਗ ਆ ਹੱਥ ਬੰਨ ਕੇ ਬੇਨਤੀ ਹੈ ਉਧਰ ਤਾਰੀ ਸਾਊਂਡ ਵਾਲਾ ਸਾਡੇ ਵੀਰ ਉਹਨਾਂ ਵੱਲੋਂ ਵੀ ਸੰਧੂ ਪ੍ਰਾਂਤ ਲਈ 100 ਰੁਪਏ ਦੇ ਵੱਡੇ ਮਾਲ ਪੌਦੇ ਕੀਤੇ ਆ ਇੱਕ ਮਾਲ ਟੈਂਟ ਹਾਊਸ ਵਾਲੇ ਵੀ ਬੜੇ ਵਧੀਆ ਢੰਗ ਨਾਲ ਟੈਂਟ ਨੂੰ ਸ਼ਿੰਗਾਰੀ ਬੈਠੇ ਆ ਕਾਲਾ ਕੌਡੀ ਪਾਉਂਦਾ ਪਤੰਦਰ ਬੀਕਾਨੇਰ ਦੀ ਫੀਮ ਜਿੰਨਾ ਪਿਓਰ ਕਾਲਾ ਜੇ ਰਾਤ ਨੂੰ ਰੋਟੀ ਖਾਂਦਾ ਹੋਵੇ ਨਾ ਬਜ਼ੁਰਗੋ ਲਾਈਟ ਬਗ ਜੇ ਬੇਬੇ ਨੂੰ 5 ਮੋਮਬੱਤੀਆਂ ਲਾ ਕੇ ਭਾਲਣਾ ਪੈਂਦਾ ਰੋਟੀ ਫੜਾਉਣੀ ਹੋਵੇ ਲੈ ਵੀ ਬਹਿ ਜਾਓ ਜਿਹੜੇ ਬਾਧੂ ਨੇ ਬਹਿ ਜਾਓ ਸਵਾਰਿਆ ਤੂੰ ਵੀ ਇਧਰਲੇ ਪਾਸੇ ਆ ਜਾ ਸਾਹਮਣੇ ਕਾਲਾ ਕਹਿੰਦੇ ਕੌਡੀ ਪਾਉਣ ਦੇ ਪਵਿੱਤਰ ਇਹਦਾ ਰੰਗ ਨਹੀਂ ਚੜਦਾ ਤੈਨੂੰ ਫੜ ਲੈ ਇਹਦਾ ਰੰਗ ਨਹੀਂ ਚੜਦਾ ਇੱਕ ਪਾਸੇ ਕਹਿੰਦੇ ਪੀਲਾਂ ਕੀਤੀਆਂ ਜਾ ਰਹੀਆਂ ਨੇ ਫੈਸਲਾ ਰੈਫਰੀ ਸਾਹਿਬਾਨਾਂ ਦਾ ਹੋਣਾ ਅੱਗ ਕਿਹਦਾ ਆ ਕਹਿੰਦਾ ਜਾਂਟੇ ਕਪਿਆਲ ਬਾਰੇ ਦੇ ਕਬਜ਼ੇ ਦੇ ਵਿੱਚ ਹੁੰਦਾ ਨੰਬਰਦਾਰ ਕਪਿਆਲ ਵਾਲਾ ਸਵਰਨਿਆ ਕੌਡੀ ਪਾਉਣ ਦੇ ਲਈ ਅੱਗੇ ਵੱਲ ਵਾਧਾ ਹੋਇਆ ਨੰਬਰਦਾਰ ਕਪਿਆਲ ਵਾਲਾ ਸਾਡਾ ਵੀਰ ਕਰਨ ਕਮਾਨ ਤੇ ਗੁਰੀ ਕਮਾਨ ਆਖਦੇ ਆ ਕਿ ਜੇਕਰ ਨੰਬਰਦਾਰ